ਗੁੱਡ ਈਵਨਿੰਗ ਜੀ ਗੁੱਡ ਈਵਨਿੰਗ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਭ ਦਾ ਆਨਲਾਈਨ ਸੈਸ਼ਨ ਦੇ ਵਿੱਚ ਹਾਂ ਅਕਸ਼ੇ ਕਾਉਂਸਲ ਜੀ ਨੇ ਪਹਿਲਾ ਮੁੱਦਾ ਆਹੀ ਚੱਕਿਆ ਸਰ ਟੈਸਟ ਕਰ ਦਿਆ ਕਰੋ ਬਸ ਟੈਸਟ ਅਪਲੋਡ ਤੁਹਾਡੇ ਹੋ ਰਹੇ ਨੇ ਅੱਜ ਅਜ ਦਾ ਦਿਨ ਦੇ ਦੋ ਮੇਰੀ ਤਬੀਅਤ ਸੈਟ ਨਹੀਂ ਸੀ ਤੋਂ ਕੱਲ ਦੁਬਾਰਾ ਟੈਸਟ ਤੋਂ ਮਿਲ ਜਾ ਕਰਾਂਗੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਜੀ ਕੇ ਬੂਸਟਰ ਮਹਾਰਾਜਾ ਸੀਰੀਜ਼ ਦੇ ਵਿੱਚ ਸਵਾਗਤ ਹੈ ਤੁਹਾਡਾ ਸਭ ਦਾ ਆਪਾਂ ਨੂੰ ਸਭ ਨੂੰ ਪਤਾ ਹੈ ਇਹ ਵਾਲੀ ਸੀਰੀਜ਼ ਆਪਾਂ ਐਮਸੀਕਿਊਜ਼ ਪਲੱਸ ਡਿਟੇਲ ਇਸ ਪੂਰੀ ਡਿਟੇਲ ਐਂ ਤੇ ਜਿਹੜੇ ਲੈਕਚਰਸ ਨਿਕਲ ਚੁੱਕੇ ਆ ਉਹ ਆਪਾਂ ਟੋਪਿਕ ਜਿਹੜਾ ਸਟਾਰਟ ਕਰਿਆ ਸੀ दैट इज द ਇੰਡੀਅਨ ਨੈਸ਼ਨਲ ਮੂਵਮੈਂਟ ਭਾਰਤੀ ਰਾਸ਼ਟਰੀ ਅੰਦੋਲਨ ਦੇ ਉੱਪਰ ਸਟਾਰਟ ਕਰਿਆ ਸੀ ਸੋ ਭਾਰਤੀ ਰਾਸ਼ਟਰੀ ਅੰਦੋਲਨ ਦੇ ਜਿੰਨੇ ਵੀ ਲੈਕਚਰ ਪੰਜ ਲੈਕਚਰ ਪਹਿਲਾਂ ਨਿਕਲੇ ਆ ਹੋਪਫੁਲੀ ਸਕਸੈਸਫੁਲੀ ਸਭ ਨੂੰ ਸਮਝ ਆ ਚੁੱਕੇ ਹੋਣਗੇ ਕੋਈ ਕਿਸੇ ਪੁਆਇੰਟ ਦੇ ਵਿੱਚ ਦਿੱਕਤ ਨਹੀਂ ਰਹੀ ਹੋਏਗੀ ਆਪਣੇ ਨੋਟਸ ਨੂੰ ਇੱਕ ਅੱਛੇ ਤਰੀਕੇ ਨਾਲ ਅਪਡੇਟ ਕਰਦੇ ਰਹੋ ਤਾਂ ਕਿ ਮੈਂ ਫਿਰ ਕਹਿ ਰਿਹਾ ਆਵਲ ਸੀਰੀਜ਼ ਦਾ ਪੂਰਾ ਫਾਇਦਾ ਮਿਲ ਸਦਾ ਤੁਹਾਨੂੰ ਆਉਣ ਵਾਲਾ 19 ਫਰਵਰੀ ਵਾਲਾ ਐਗਜ਼ਾਮ ਹੈ 19 ਫਰਵਰੀ ਤੱਕ ਜਿੰਨੇ ਵੀ ਟੋਪਿਕ ਆਪਣੇ ਉਹਦੇ ਤੋਂ ਬਾਅਦ ਕੁਐਸਚਨ ਜਾਂਦੇ ਚਾਂਸਸ ਨਹੀਂ ਹੈ ਜੀਕੇ ਦਾ ਇਹ ਹੁੰਦਾ ਵੀ ਹਾਂ 90% 80% ਜਾਂ 70% ਕੁਐਸਚਨ ਵੀ ਆ ਜਾਂਦੇ ਆ ਬਹੁਤ ਹੈ ਸੋ ਮੇਰੀ ਡਰਾਈ ਦਾ ਇਹ ਰਹੇਗੀ 100 ਦੇ 100% ਕੁਐਸਚਨ ਆਪਣੇ ਕਰੇ ਦੇ ਵਿੱਚੋਂ ਆਣ ਬਾਕੀ ਜੀਕੇ ਦੀ ਕੋਈ ਲਿਮਿਟ ਹੁੰਦੀ ਨਹੀਂ ਸਮੁੰਦਰ ਹੈ ਜਿੰਨੀ ਮਰਜ਼ੀ ਤੈਰਦੇ ਰਹੋ ਜਿੰਨਾ ਮਰਜ਼ੀ ਡੁੱਬ ਕੇ ਲਗਾਉਂਦੇ ਰਹੋ ਟੈਸਟ ਬੈਚ ਬੜਾ ਮਹਿੰਗਾ ਕਰਤਾ ਜੀ ਟੈਸਟ ਬੈਚ ਤਾਂ ਉਹ ਸੋਸਤਾ ਨਹੀਂ ਕਰਤਾ 100 ਰੁਪਏ 100 ਦਿਨ ਹਾਂ ਸੋ 100 ਰੁਪਏ ਦੇ ਵਿੱਚ 100 ਦਿਨ ਕਰਤਾ ਯਾਰ ਉਹਦਾ ਰਾਜਵਿੰਦਰ ਕੋਰ ਪੁਨੀਸ਼ਰ ਦੀ ਕਲਾਸ 7 ਵਜੇ ਹੁੰਦੀ ਹੈ ਕੋਈ ਗੱਲ ਨਹੀਂ ਅਗਰ ਅੱਜ ਲੱਗੀ ਨਹੀਂ ਸਿੱਧਾ ਲੱਗ ਜੇਗੀ ਡੋਨਟ ਵਰੀ ਚਲੋ ਸੋ ਸਟਾਰਟ ਕਰਦੇ ਆਪਾਂ ਇੰਡੀਅਨ ਨੈਸ਼ਨਲ ਮੂਵਮੈਂਟ ਦੇ ਤਿੰਨ ਫੇਸ ਪੜ੍ਹ ਰਹੇ ਸੀ ਤਿੰਨ ਦੇ ਵਿੱਚੋਂ ਆਪਣੇ ਦੋ ਫੇਸ ਪੂਰੇ ਹੋ ਚੁੱਕੇ ਨੇ ਸੋ ਮੈਨ ਨੂੰ ਨਹੀਂ ਲੱਗਦਾ ਵੀ ਇੰਦੇ ਤੋਂ ਕੋਈ ਕੁਐਸਚਨ ਰਹਿ ਗਿਆ ਹੋਵੇਗਾ ਕੋਈ ਪੁਆਇੰਟ ਰਹਿ ਗਿਆ ਹੋਵੇਗਾ ਕੋਈ ਟੌਪਿਕ ਰਹਿ ਗਿਆ ਹੋਵੇਗਾ ਮੋਡਰੇਟ ਤੇ ਐਕਸਟ੍ਰੀਮ ਜਿਹੜਾ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਆ ਉਹ ਹੈ ਗਾਂਧੀਅਨ ਇਰਾ ਸੋ ਮਹਾਤਮਾ ਗਾਂਧੀ ਦੀ ਐਂਟਰੀ ਆਪਾਂ ਕਰਾਂਗੇ ਜਾ ਰਹੇ ਆ ਗਾਂਧੀ ਯੁੱਗ ਆਪਾਂ ਅੱਜ ਸਟਾਰਟ ਕਰਾਂਗੇ ਗਾਂਧੀ ਯੁੱਗ 1917 ਤੋਂ 1947 ਦਾ ਫੇਸ ਅਰਾਊਂਡ ਤਿੰਨ ਲੈਕਚਰਸ ਦਾ ਮਿਨੀਮਮ ਤੋਂ ਮਿਨੀਮਮ ਕਰ ਦਿਓਰ ਤਿੰਨ ਲੈਕਚਰਸ ਦਾ ਲੱਗਣਗੇ ਫਿਰ ਵੀ ਮੈਂ ਤੁਹਾਨੂੰ ਕਹਿਣਾ ਹੂ ਨਾ ਅਗਰ ਕੋਈ ਟੌਪਿਕ ਲੱਗਦਾ ਤੁਹਾਨੂੰ ਕੋਈ ਵੀ ਟੌਪਿਕ ਲੱਗਦਾ ਹੈ ਉਹ ਟੌਪਿਕ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਕਰਵਾ ਦੂੰਗਾ ਹਾਂ ਦੀਪਕ ਸ਼ਰਮਾ ਕਹਿੰਦੇ ਕਲਾਸ ਦਾ ਟਾਈਮ ਸਵੇਰ ਦਾ ਕਰ ਲੋ ਦੀਪਕ ਸ਼ਰਮਾ ਇਹ ਪੋਸੀਬਲ ਨਹੀਂ ਹੈਗਾ ਉਹਨਾਂ ਕਲਾਸ ਦਾ ਟਾਈਮ ਜਲਦੀ ਆਪਾਂ ਚੇਂਜ ਵੀ ਨਹੀਂ ਕਰਾਂਗੇ ਤੇ ਪੋਸੀਬਲ ਸਵੇਰ ਦਾ ਬਿਲਕੁਲ ਹੀ ਨਹੀਂ ਹੈ ਸਵੇਰ 9:00 ਤੋਂ ਲੈ ਕੇ ਸ਼ਾਮੀ 4:00 ਵਜੇ ਤੱਕ ਮੇਰੀ ਕਲਾਸਿਸ ਹੁੰਦੀਆਂ ਰੈਗੂਲਰ ਠੀਕ ਹੈ ਓਕੇ ਸੋ ਸਟਾਰਟ ਕਰ ਦੇ ਜਿਨ੍ਹਾਂ ਨੇ ਹਜੇ ਸ਼ੇਅਰ ਨਹੀਂ ਕੀਤਾ ਆਪਣੇ WhatsApp ਤੇ Facebook ਤੇ Instagram ਯਾਰ WhatsApp ਦੇ ਬ੍ਰੋਡਕਾਸਟ ਲਿਸਟ ਬਣਾ ਲਓ ਸਾਰਿਆਂ ਨੂੰ ਭੇਜ ਦੇ ਕਰੋ ਸਾਰਿਆਂ ਨੂੰ ਕਹ ਦੇ ਕਰੋ ਓਪਨ ਕਰਕੇ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਕਲਾਸ ਲਗਾਓ ਓਕੇ ਸੋ ਅੱਜ ਦਾ ਸੈਸ਼ਨ ਜਿਹੜਾ ਰਹੇਗਾ ਆਪਣਾ ਗਾਂਧੀ ਨਿਰੋਪਰ ਰਹੇਗਾ ਗਾਂਧੀ ਨਿਰੋਪਰ ਤੇਰਾ ਫੈਬਸ ਤੁਸੀਂ ਪੀਐਸਟੈਟ ਕਰਵਾ ਦੇਣਾ ਪੀਐਸਟੈਟ ਨਹੀਂ ਥੋੜੀ ਸੀਮਰ ਨਹੀਂ ਉਹਦੇ ਵਿੱਚ ਪੀਟੈਡ ਦੇ ਵਿੱਚ ਵਿੱਚ ਐਸਐਸਟੀ ਮੈਂ ਨਹੀਂ ਕਰਵਾ ਪਾਉਂਗਾ ਬਿਕੋਸ਼ ਸ਼ਡਿਊਲ ਓਲਡੀ ਬੀਜ਼ੀ ਹੈ ਸੋ ਪੀਟੈਡ ਦੇ ਵਿੱਚ ਅਲੱਗ ਟੀਚਰ ਕਰਵਾਣਗੇ ਸੋ ਸਾਰੇ ਟੀਚਰ ਜਿਨ੍ਹਾਂ ਨੇ ਵੀ ਹੈ ਨੇ ਇੱਥੇ ਪੜਾ ਰਿਹਾ ਹੈ ਸਾਰੇ ਬੈਸਟ ਨੇ ਟੈਨਸ਼ਨ ਨਾ ਲਓ ਸੋ ਪਹਿਲਾ ਕੁਐਸਚਨ ਆਪਣੇ ਕੋਲ ਗਾਂਧੀ ਯੁੱਗ ਦਾ ਗਾਂਧੀ ਯੁੱਗ ਦਾ ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਹੈ ਇਨ ਵਿੱਚ ਆਫ ਦਾ ਫੋਲੋਇੰਗ ইয়ারਸ ਡਿড ਮਹਾਤਮਾ ਗਾਂਧੀ ਰਿਪਰੈਜ਼েন্ট ਇੰਡੀਆ ਇਨ ਦਾ ਸੈਕੰਡ ਰਾਉਂਡ ਟੇਬਲ ਕਾਨਫਰੈਂਸ ਟੂ ਡਿਸਕਸ ਕਨਸਟੀਟਿਊਸ਼ਨਲ ਰਿਫਾਰਮਸ ਇਨ ਇੰਡੀਆ ਸੋ ਕਨਸਟੀਟਿਊਸ਼ਨਲ ਰਿਫਾਰਮ ਨੂੰ ਲੈ ਕੇ ਆਪਣੇ ਇੰਡੀਆ ਦੇ ਵਿੱਚ ਆਪਣੇ ਜਿਹੜੇ ਮਹਾਤਮਾ ਗਾਂਧੀ ਸੀ ਉਹ ਸੈਕੰਡ ਰਾਉਂਡ ਟੇਬਲ ਕਾਨਫਰੈਂਸ ਦੇ ਵਿੱਚ ਗਏ ਸੀ ਦੂਜੇ ਗੋਲ ਮੇ ਸਿਮੇਲਨ ਦੇ ਗਏ ਸੀ ਸੋ ਗੋਲ ਮੇ ਸਿਮੇਲਨ ਦੀ ਮੈਂ ਗੱਲ ਕਰਾਂ ਟੋਟਲ ਕਿੰ ਕਿਹੜੇ-ਕਿਹੜੇ ਸਾਲ 'ਚ 1930, 1931, 1932 ਆ ਤਿੰਨ ਹੋਏ ਸੀ ਆ ਤਿੰਨ ਆਪਣੇ ਕੋਲ ਹੋਇਆ ਮਹਾਤਮਾ ਗਾਂਧੀ ਨੇ ਇੱਕੋ ਇੱਕ ਗੋਲਮੇ ਸਭੇਲਨ ਅਟੈਂਡ ਕੀਤਾ ਤੇ ਤਿੰਨੋਂ ਦੇ ਤਿੰਨੋਂ 올3 ਕਿਨੇ ਅਟੈਂਡ ਕੀਤੇ ਨੇ 올3 ਕਿਨੇ ਅਟੈਂਡ ਕਰਿਆ ਆਪਣੇ ਬੀ ਆਰ ਅੰਬੇਦਕਰ ਬੀ ਆਰ ਅੰਬੇਦਕਰ ਦੇ ਨਾਲ ਇੱਕ ਪਰਸਨ ਹੋਰ ਸੀ ਜਿਨ੍ਹਾਂ ਨੂੰ ਕਾਫੀ ਜਣੇ ਨਹੀਂ ਜਾਣਦੇ ਦੈਟ ਵਾਸ ਤੇਜਪਾਲ ਸਪਰੂ ਸੋ ਕੁਐਸਚਨ ਆਂਦਾ ਹੁੰਦਾ ਆਪਣੇ ਪਹਿਲਾ ਰਾਉਂਡ ਮੇ ਸਭੇਲਨ ਪਹਿਲੀ ਰਾਉਂਡ ਟੇਬਲ ਕਾਨਫਰੰਸ ਹੋਈ ਕਿ ਕਦੋਂ ਸੀ ਕਿੱਥੇ ਹੋਈ ਸੀ ਉਹ ਸਾਰਾ ਕੁਝ ਤੁਹਾਨੂੰ ਦੱਸੂਗਾ 1931 7 ਸੈਪਟੈਂਬਰ ਸੋ ਪਹਿਲਾ ਤੁਹਾਨੂੰ ਮੈਂ ਕੌਂ ਰਾਉਂਡੇਬਲ ਕਾਨਫਰੰਸਿਸ ਵਾਲਾ ਕਨਸੈਪਟ ਦੱਸਦਾ ਸੋ ਜਿੰਨਾ ਜਿੰਨਾ ਆਪਾਂ ਨਾਲ ਦੇ ਨਾਲ ਕਰਦੇ ਰਵਾਂਗੇ ਪੂਰੀ ਡਿਟੇਲ ਦੇ ਵਿੱਚ ਚੋ ਵੀ ਕਰਦੇ ਰਵਾਂਗੇ 1930 1931 ਤੇ 1932 ਤਿੰਨ ਗੋਲ ਮੇਂ ਸਮੇਲਨ ਆਪਣੇ ਕੋਲ ਹੋਇਆ ਤਿੰਨ ਰਾਉਂਡੇਬਲ ਕਾਨਫਰੰਸ ਹੋਈ ਆ ਆ ਤਿੰਨਾਂ ਦਾ ਮੇਨ ਮੋਟਿਵ ਕੀ ਸੀ ਆ ਤਿੰਨਾਂ ਦਾ ਮੇਨ ਉਦੇਸ਼ਿਆ ਕੀ ਸੀ ਇਹ ਸੀ ਆਪਣੇ ਇੰਡੀਆ ਦਾ ਸੰਵਿਧਾਨ ਤਿਆਰ ਕਰਨਾ ਇਹ ਸੀ ਆਪਣੇ ਇੰਡੀਆ ਦਾ ਕਨਸਟੀਟਿਊਸ਼ਨ ਤਿਆਰ ਕਰਨਾ ਸੰਵਿਧਾਨ ਤਿਆਰ ਕਰਨਾ ਇਹ ਹੋਈਆਂ ਕਿਹੜੀ ਜਗ੍ਹਾ ਤੇ ਸੀ ਇਹ ਹੋਈਆਂ ਸੀ ਜੇਮਸ ਪੈਲੈਸ ਲੰਡਨ ਦੇ ਵਿੱਚ ਕਿੱਥੇ ਹੋਈਆਂ ਜੇਮਸ ਪੈਲੈਸ ਲੰਡਨ ਦੇ ਵਿੱਚ ਲੇਕਿਨ ਆਪਣੇ ਆ ਤਿੰਨੋਂ ਕਾਨਫਰੰਸਾਂ ਦਾ ਕੋਈ ਸਿੰਗਲ ਰਿਜ਼ਲਟ ਨਹੀਂ ਨਿਕਲਿਆ ਕੋਈ ਰਿਜ਼ਲਟ ਨਹੀਂ ਨਿਕਲਿਆ ਦੈਟ ਮੀਨਸ ਐਨਏਟੋ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਕੋਈ ਸਿੰਗਲ ਫਾਇਦਾ 1931 ਵਾਲੀ ਸੈਕੰਡ ਰਾਉਂਡ ਟੇਬਲ ਕਾਨਫਰੰਸ ਇੱਕੋ ਇੱਕ ਕਾਨਫਰੰਸੀ ਜਿੱਥੇ ਮਹਾਤਮਾ ਗਾਂਧੀ ਪਹੁੰਚੇ ਸੀ ਲੇਕਿਨ ਫਿਰ ਵੀ ਕਾਫੀ ਬਹਿਸ ਹੋਈ ਸੋ ਇੱਥੇ ਵੀ ਰਿਜ਼ਲਟ ਨਹੀਂ ਨਿਕਲ ਪਾਇਆ ਤੇ ਆ ਤਿੰਨੋਂ ਦੀ ਤਿੰਨੋਂ ਕਾਨਫਰੰਸ ਕਿੰਨੇ ਕਿਹੜੇ ਕਿਹੜੇ ਦੋ ਪਰਸਨ ਸਦੇ ਅਟੈਂਡ ਕਰੀਆਂ ਫਸਟ ਆਫ 올 ਬਾ ਡਾਕਟਰ ਬੀ ਆਰ ਅੰਬੇਦਕਰ ਸੋ ਡਾਕਟਰ ਬੀ ਆਰ ਅੰਬੇਦਕਰ ਡਿਪਰੈਸ ਕਲਾਸਿਸ ਲਈ ਅਲੱਗ ਤੋਂ ਚੁਨਾਵ ਪ੍ਰਣਾਲੀ ਮੰਗਰੇਸੀ ਮੁਸਲਮਾਨ ਨਦਰਾ ਤੇ ਦੂਜੀ ਆਪਣੀ ਕੋਸੀ ਤੇਜਪਾਲ ਸਪਰੋ ਤੇਜਪਾਲ ਸਪਰੋ ਊਮਨ ਕੌਨ ਸੀ ਓਥੇ ਨਾਲ ਸਰੋਜਨੀ ਨਾਇਡੂ ਤਿੰਨੋਂ ਮੀਟਿੰਗਸ ਦੇ ਵਿੱਚ ਨਹੀਂ ਕਹੂੰਗਾ ਹਾਂ ਬਿਲਕੁਲ ਨੈਵਰ ਕੀ ਬਥੇੰਕਿਊ ਸੋ ਮੱਚ ਫਾਰ ਆਸਕਿੰਗ ਦਾ ਸਰ ਮੈਂ ਦਿੱਲੀ ਪੰਜ ਅਖਾਂਡ ਸੈਂਡ ਕਰਿਆ ਕਰੂੰ ਕਰਦੇ ਕਰੋ ਰਾਜਵਿੰਦਰ ਕਰਦੇ ਕਰੋ ਪੰਜਾਬੀ ਦੀ ਕਲਾਸਿਸ ਕਰਦੇ ਹੋ ਠੀਕ ਹੈ ਅਖਾਂਡ ਮੈਂ ਨਹੀਂ ਪੜਾਉਂਗਾ ਤੁਹਾਨੂੰ ਚਲੋ ਜੇਮਸ ਪੈਲਸ ਲੰਡਨ ਦੇ ਵਿੱਚ ਹੁੰਦੀਆਂ ਨੇ ਉਸ ਟਾਈਮ ਦੇ ਆਪਣੇ ਕੋਲ ਜਿਹੜਾ ਪਰਸਨ ਹੁੰਦਾ ਹੈ ਯੂਕੇ ਦਾ ਪ੍ਰਾਈਮ ਮਿਨਿਸਟਰ ਹੁੰਦਾ ਪ੍ਰਧਾਨ ਮੰਤਰੀ ਹੁੰਦਾ ਯੂਕੇ ਦਾ ਉਹ ਪਰਸਨ ਦਾ ਨਾਮ ਆਪਣੇ ਕੋਲ ਕੀ ਹੈਗਾ ਉਹ ਪਰਸਨ ਹੈਗਾ ਰਾਮਸੇ ਮੈਕਡੋਨਲਡ ਰਾਮਸੇ ਮੈਕਡੋਨਲਡ ਹੁਣ ਕਾਫੀ ਚੀਜ਼ਾਂ ਇੱਥੋਂ ਨਿਕਲ ਕੇ ਆਉਂਦੀਆਂ ਨੇ ਜਿਵੇਂ ਜਿਹੜੀ ਪਹਿਲੀ ਕਾਨਫਰੰਸ ਸੀ ਉਸ ਟਾਈਮ ਦੇ ਵਾਇਸਰਾਏ ਕੌਣ ਸੀ ਇਰਵਿਨ ਸੀ ਬਾਕੀ ਦੋਨਾਂ ਟਾਈਮ ਦੇ ਵਾਇਸਰਾਏ ਕੌਣ ਸੀ ਕੌਨ ਵਾਇਸਰੋਏ ਆਪਣਾ ਸੀ ਵਲਿੰਗਟਨ ਸੀ ਸੋ ਆ ਤਿੰਨ ਚੀਜ਼ਾਂ ਤਿੰਨੋਂ ਕਾਨਫਰੈਂਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬੋਥ ਹੀ ਜ਼ਿਆਦਾ ਤਾਂ ਪੇਪਰ ਦੇ ਵਿੱਚ ਪੇਪਰ ਦੇ ਵਿੱਚ ਕਹਿੰਦੇ ਸੀ ਮਰਾਨੀਆ ਸਰ ਤੁਹਾਡੇ ਤੋਂ ਬਿਨਾ ਕਿਸੇ ਹੋਰ ਗੋਲਾਵੇ ਸਮਝ ਨਹੀਂ ਆਦਾ ਥੈਂਕ ਯੂ ਸੋ ਮਚ ਮੋਟਿਵ ਫॉर द ਇੰਡੀਅਨ ਕਨਸਟੀਟਿਊਸ਼ਨ ਬਿਲਕੁਲ ਮਨਪ੍ਰਿਤ ਸੋ 1931 ਵਾਰ ਹੀ ਪੁੱਛਿਆ ਜਾਂਦਾ ਹੈ ਕਹਿੰਦਾ ਜਿਹੜੀ ਸੈਕੰਡ ਰਾਉਂਡ ਟੇਬਲ ਕਾਨਫਰੈਂਸ ਸੀ ਉਹ ਕਿੰਨੀ ਤਰੀਕ ਨੂੰ ਹੋਈ ਦੇਖੋ ਯਾਦ ਕਰਨ ਵਾਸਤੇ ਲਓ ਐਸ ਤੋਂ ਸੈਕੰਡ ਐਸ ਤੋਂ 7 ਐਸ ਤੋਂ ਸੈਪਟੰਬਰ ਠੀਕ ਹੈ ਰਹਾ ਐਸ ਤੋਂ ਸੈਕੰਡ 807 80 ਸਪਟੰਬਰ ਇਕੋ ਨਾਲ ਦੇ ਨੇ ਸਾਰੇ ਇਕੋ ਨਾਲ ਦੇ ਵਾਲਾ ਇੱਕ ਵਾਲਾ ਪੁਆਇੰਟ 31 ਤੋਂ 31 ਚ ਹੋਈ ਸੀ 7 ਸਪਟੰਬਰ 1931 ਨੂੰ ਹੋਈ ਠੀਕ ਹੈ ਚਲੋ ਜੀ ਚਲੋ ਰਿਕਾਰਡਡ ਦੇਖ ਲਾਂਗੇ ਬਟ ਦੇਖਾਂਗੇ ਤੋਂ ਡੇ ਹੀ ਵੀਡੀਓ ਥੈਂਕ ਯੂ ਸਿਮਰ ਹਾਨੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਆਪਾਂ ਨੂੰ ਕੋਈ ਲਾਲਚ ਨਹੀਂ ਹੈ ਬਟ ਮੈਂ ਕਹਾਂਗਾ ਲਾਈਵੇ ਹੁੰਦਾ ਵੀ ਹਾਂ ਨਾਲ ਦੀ ਨਾਲ ਹੋ ਜਾਂਦੇ ਰਿਕਾਰਡਡ ਸਾਰੇ ਇਕੱਠੇ ਹੋ ਜਾਂਦੇ ਬਾਅਦ ਕਰੇ ਨਹੀਂ ਦਿੰਦੇ ਸੋ ਪਹਿਲਾ ਕੁਸ਼ਣ ਆਪਣੇ ਕੋਲ ਕੀ ਸੀ ਕਿਹੜੀ ਕਾਨਫਰੰਸ ਦੇ ਵਿੱਚ ਗਏ ਸੀ 1931 ਕਾਨਫਰੰਸ 1931 ਵਾਲੀ 7 ਸਪਟੰਬਰ 1931 ਜਿਹੜੇ ਬੰਦਿਆਂ ਨੇ ਹਜੇ ਸ਼ੇਅਰ ਨਹੀਂ ਕਰਿਆ ਮੈਂ ਫਿਰ ਕਹਿਦਾ ਆਪਣੇ WhatsApp ਤੇ Telegram ਤੇ ਹਰ ਜਗ੍ਹਾ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਪਰਸਨ ਵੀ ਕਲਾਸ ਅਟੈਂਡ ਕਰ ਸਕਣ ਸੈਕਿੰਡ ਕੁਐਸ਼ਨ ਅਗਲਾ ਕੁਐਸ਼ਨ ਤੁਹਾਡੇ ਸਾਹਮਣੇ ਹੈ ਗੁਰੂਕੁਲ ਚ ਆਇਆ ਜੇ ਕਲਾਸ ਲਗਾਉਣ ਤੋਂ ਬਾਅਦ ਬਿੱਲੋ ਡੋਲਰ ਮੇਰੀ ਤਬੀਅਤ ਸਹੀ ਰਹੀ ਤਜਰੂਰ ਆਉਂਗਾ ਮੇਰੀ ਤਬੀਅਤ ਐਕਚੁਅਲੀ ਥੋੜੀ ਡਾਊਨ ਚੱਲ ਰਹੀ ਹੈ ਸੋ ਵਾਇਰਲ ਕਾਫੀ ਹੋਇਆ ਹੋਇਆ ਤੁਹਾਨੂੰ ਪਤਾ ਸਾਰੇ ਪਾਸੇ ਫੈਲਿਆ ਹੋਇਆ ਕੋਲਡ ਹੈ ਫੀਵਰ ਹੈ ਸਭ ਕੁਝ ਕਹਸੀ ਹੈ ਬਿਲੋ ਫੋਲੋਇੰਗ ਮੂਵਮੈਂਟ ਕਿਹੜੀ ਮੂਵਮੈਂਟ ਕਿਹੜਾ ਅੰਦੋਲਨ ਲੋਚ ਕੀਤਾ 4 ਪੀਜ਼ੈਂਟਸ ਪੀਜ਼ੈਂਟਸ ਆਪਣੇ ਕੋਲ ਕੀ ਹੁੰਦੇ ਨੇ ਕਿਸਾਨ ਪੀਜ਼ੈਂਟਸ ਆਪਣੇ ਕੋਲ ਕੀ ਹੁੰਦੀਆਂ ਕਿਸਾਨ ਕਿਸਾਨਾਂ ਵਾਸਤੇ ਜਿਹੜੀ ਮਹਾਤਮਾ ਗਾਂਧੀ ਨੇ ਅਲੋਚ ਕਰਿਆ ਸੀ ਕਿਹੜਾ ਸੀ ਪਹਿਲਾ ਹੈਗਾ ਚੰਪਾਰਨ ਸਤਿਆਗ੍ਰਹਿ ਦੂਜਾ ਅਹਮਦਾਬਾਦ ਮਿਲ ਲੇਬਰ ਮੂਵਮੈਂਟ ਤੀਜਾ ਹੈਗਾ ਨੋਨ ਕੋਆਪਰੇਸ਼ਨ ਮੂਵਮੈਂਟ ਚੌਥਾ ਹੈਗਾ 올 ਆਫ ਦੀ ਅਬਵ ਕਿਹੜੀ ਮੂਵਮੈਂਟ ਇਹਦਾ ਕਿਹੜਾ ਅੰਦੋਲਨ ਇਹਦਾ ਸੀ ਮਹਾਤਮਾ ਗਾਂਧੀ ਨੇ ਕਰਿਆ ਸੀ ਰੋਬਿਨ کہہ ਰਿਹਾ ਮਾਰਨਿੰਗ ਟਾਈਮ ਕਲਾਸ ਨਹੀਂ ਲੱਗ ਰਹੀ ਰੋਬਿਨ ਕਿਹੜੇ ਬੈਸ ਨਹੀਂ ਲੱਗ ਰਹੀ ਮੇਰੀ ਤਾਂ ਸਾਰੇ ਪਾਸੇ ਲੱਗ ਰਹੀ ਹੈ ਚੰਪਾਰਨ ਸਤਿਆਗੜਾ ਚੰਪਾਰਨ ਸੋ ਹਜੇ 339 ਬੰਦੇ ਪਹੁੰਚੇ ਮੈਂ ਫਿਰ کہہ ਰਿਹਾ ਦਬ ਕੇ ਸੈਸ਼ਨ ਨੂੰ ਸ਼ੇਅਰ ਕਰ ਦੋ ਅੱਜ ਵਾਲੇ ਸੈਸ਼ਨ ਠੀਕ ਹੈ ਇਹ ਆ ਰਿਹਾ ਸੋ ਬਿਲਕੁਲ एआरएच चंपारण सत्यग्रह चंपारण सत्यग्रह ਦੀ ਕਹਾਣੀ ਸੁਣ ਲੈਣਾ ਸੋ ਜਿਹੜੀ ਗੱਲ ਸਾਹਮਣੇ ਆਇਆ ਕਰੇਗੀ ਮੈਂ ਪੂਰੀ ਡਿਟੇਲ ਚ ਦੱਸਾਂ ਕਰੂੰਗਾ ਚੰਪारण सत्याਗ੍ਰਹ ਦੇ ਵਿੱਚ ਚੰਪारण ਕਿਹੜੀ ਜਗ੍ਹਾ ਤੇ ਹੈਗਾ ਬਿਹਾਰ ਮਹਾਤਮਾ ਗਾਂਧੀ ਆਂਦੇ ਆ ਵਾਪਿਸ ਜਦੋਂ ਇੰਡੀਆ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਮੀਟਿੰਗ ਦੇ ਵਿੱਚ ਆ ਕੇ ਬੈਠਦੇ ਆ ਸੋ ਮੀਟਿੰਗ ਦੇ ਵਿੱਚ 1916 ਯੂਨੀਵਰਸਿਟੀ ਦੇ ਵਿੱਚ ਭਾਸ਼ਣ ਦਿੰਦੇ ਆ ਕਹਿੰਦੇ ਭੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ ਵਧੀਆ ਕੰਮਕਾਰੀ ਨਹੀਂ ਰਹੀ ਸੋ ਫਿਰ ਇਸ ਚੀਜ਼ ਤੋਂ ਪ੍ਰਭਾਵਿਤ ਹੋ ਕੇ ਰਾਜਕੁਮਾਰ ਸ਼ੁਕਲਾ ਜੀ ਕਿਸਾਨਾਂ ਦੇ ਹੈੱਡ ਹੁੰਦੇ ਆ ਬਿਹਾਰ ਵਿੱਚ ਰਾਜਕੁਮਾਰ ਸ਼ੁਕਲਾ ਜੀ ਇਨਵੀਟੇਸ਼ਨ ਭੇਜਦੇ ਆ ਸਟ੍ਰੀਕ ਭੇਜਦੇ ਆ ਸਨੈਪਚੈਟ ਦੇ ਸਟ੍ਰੀਕ ਭੇਜਦੇ ਆ ਮਹਾਤਮਾ ਜੀ ਨੂੰ ਮਹਾਤਮਾ ਜੀ ਆ ਦੇਖੋ ਸਾਡਾ ਹਾਲ ਕੀ ਹੋ ਰਿਹਾ ਸਾਡੇ ਤੋਂ ਬ੍ਰਿਟਿਸ਼ਰਸ ਨੀਲ ਦੀ ਖੇਤੀ ਕਰਵਾ ਰਿਆ ਕਾਦੀ ਖੇਤੀ ਕਰਵਾ ਰਿਆ ਜੀ ਨੀਲ ਦੀ ਖੇਤੀ ਕਰਵਾ ਰਿਆ ਬ੍ਰਿਟਿਸ਼ਰਸ ਕਾਦੀ ਖੇਤੀ ਕਰਵਾ ਰਿਆ ਨੀਲ ਦੀ ਖੇਤੀ ਨੀਲ ਦੀ ਖੇਤੀ ਕਿੱਥੇ ਕਰਵਾ ਰਿਆ ਹੈ ਬ੍ਰਿਟਿਸ਼ਰਸ ਕਹਿੰਦੇ ਕਹਿੰਦੇ ਅਗਰ ਤੁਹਾਡੇ ਕੋਲ 1 ਏਕੜ ਜ਼ਮੀਨ ਹੈ ਕਿੰਨੀ ਏਕੜ ਜ਼ਮੀਨ ਹੈ 1 ਏਕੜ 1 ਏਕੜ ਦੇ ਵਿੱਚ ਵੀਨੇ ਕਿੰਨੇ ਕਠਿਆ ਹੁੰਦੇ ਆ 20 ਕਠਿਆ ਹੁੰਦੇ ਆ ਕੀ ਹੁੰਦੇ ਆ 20 ਕਠਿਆ ਸੋ 1 ਏਕੜ ਜਿੰਦੇ ਕੋਲ ਵੀ ਜ਼ਮੀਨ ਹੈ ਉਹਦੇ ਕੋਲ 20 ਹਿੱਸੇ ਹੋਣਗੇ ਜਿਹਨੂੰ 20 ਕਠਿਆ ਬੋਲਾਂਗੇ 20 ਦੇ ਵਿੱਚੋਂ ਤਿੰਨ ਭਾਗਾਂ ਦੇ ਉੱਪਰ ਤੁਸੀਂ ਨੀਲ ਦੀ ਖੇਤੀ ਕਰਨੀ ਹੈ ਇੰਡੀਗੋ ਦੀ ਖੇਤੀ ਕਰਨੀ ਹੈ ਇਹ ਇੰਡੀਗੋ ਨਾਲ ਜ਼ਮੀਨ ਹੋ ਜਾਂਦੀ ਹੈ ਖਰਾਬ ਤੇ ਕਿਸਾਨਾਂ ਦੀ ਫਸਲ ਦਾ ਰੇਡ ਰਹਿ ਜਾਂਦਾ ਘਟ ਜਿੰਨੇ ਕਰਕੇ ਕਿਸਾਨਾਂ ਨੂੰ ਪੈ ਰਿਆ ਸੀ ਬਹੁਤ ਜ਼ਿਆਦਾ ਵੱਡਾ ਲੋਸ ਹੋ ਰਿਹਾ ਸੀ ਉਹਨਾਂ ਨੇ ਫਿਰ ਮਹਾਤਮਾ ਗਾਂਧੀ ਨੂੰ ਰਾਜੀ ਰਾਜਕੁਮਾਰ ਸ਼ੁਕਲਾ ਮਕੀਨਾਮਲ ਕਿਨੂੰ ਕਿਨ ਇਨਵਾਈਟ ਕੀਤਾ ਸੀ ਰਾਜਕੁਮਾਰ ਸ਼ੁਕਲਾ ਜੀ ਨੇ ਇਨਵਾਈਟ ਕੀਤਾ ਕਿਨੇ ਇਨਵਾਈਟ ਕੀਤਾ ਰਾਜਕੁਮਾਰ ਸ਼ੁਕਲਾ ਜੀ ਨੇ ਇਨਵਾਈਟ ਭੇਜਿਆ ਇਨਵੀਟੇਸ਼ਨ ਭੇਜਿਆ ਮਹਾਤਮਾ ਗਾਂਧੀ ਨੂੰ ਭਾਜੀ ਆਓ ਮੇਰੇ ਆ ਸਟ੍ਰੀਟਸ ਵੇਖੋ ਤੁਹਾਨੂੰ ਅਸਰ ਹੋਏ ਸੋ ਮਹਾਤਮਾ ਗਾਂਧੀ ਗਏ ਗੱਲਬਾਤ ਕੀਤੀ ਸ਼ਾਮ ਨੂੰ ਬੈਠੇ ਠੰਡਾ ਮਾਹੌਲ ਬਣਾਇਆ ਉੱਥੇ ਬੜਾ ਵਧੀਆ ਸੋ ਮਹੋਲ ਬਣਾਉਣ ਤੋਂ ਬਾਅਦ ਮਹਾਤਮਾ ਗਾਂਧੀ ਨੇ ਗੱਲਬਾਤ ਕਰਨ ਤੋਂ ਬਾਅਦ ਤਰਨਾ ਲਾ ਲਿਆ ਉਹੀ ਤਰਨੇ ਨੂੰ ਕਿਹਾ ਗਿਆ ਸਤਿਆਗ੍ਰਹਿ ਸਤਿਆਗ੍ਰਹਿ ਬਲ ਸਤਿਆ ਨੂੰ ਸਾਹਮਣੇ ਲੈ ਕੇ ਆਣਾ ਦਰਜਾ ਸਤਿਆਗ੍ਰਹਿ ਸੋ ਸਤਿਆਗ੍ਰਹਿ ਤਿੰਨ ਕਠਿਆ ਸਿਸਟਮ ਅ ਲिटल ਐਫਰਟਸ 빅 ਗੋਲਸ ਕਹ ਰੇ ਸਰ ਤੁਹਾਡੇ ਤੋਂ ਬਿਨਾ ਕਿਸੇ ਤੋਂ ਪੜਨ ਦਾ ਮਨ ਨਹੀਂ ਕਰਦਾ ਜੀ ਥੈਂਕ ਯੂ ਸੋ ਮੱਚ ਬਾਕੀ ਕੋਈ ਟੀਚਰ ਮਾੜਾ ਨਹੀਂ ਹੁੰਦਾ ਐਦਾ ਨਹੀਂ ਕਹੋ ਐਦਾਰ ਠੀਕ ਹੈ ਰਾਜਕੁਮਾਰ ਬਿਲਕੁਲ ਜੀ ਬਿਲਕੁਲ ਬੋਲਡ ਪਰ ਹਾਂ ਮਹਾਤਮਾ ਗਾਂਧੀ ਬੋਲਡ ਤੇ ਬੈਠ ਕੇ ਗਏ ਬਿਹਾਰ ਹੋ ਸੋਚ ਕੇ ਗੁਜਰਾਤ ਤੋਂ ਬਿਹਾਰ ਕਿੰਨੀ ਦੂਰ ਆ ਬਚਾਰੇ ਪੈਦਲ ਤੁਰਦੇ ਸੀ ਬੁੱਢੇ ਤੇ ਬਹਿ ਕੇ ਜਾਂਦੇ ਸੀ ਚਾਹਦੇ ਜਾਂਦੇ ਸੀ ਰਾਜ்குਮਾਰ ਸ਼ੁਕਲਾ ਜੀ ਕਹਿੰਦੇ ਆਗੇ ਧਰਨਾ ਲਗਾਇਆ ਸੱਤ ਅਗਰ ਆ ਪੇਪਰ ਇਸੇ ਅਗਰ ਆਇਆ ਆਪਣੇ ਮਹਾਤਮਾ ਗਾਂਧੀ ਦਾ ਪਹਿਲਾ ਸਫਲ ਸੱਤ ਅਗਰ ਹੈ ਇੰਡੀਆ ਦੇ ਵਿੱਚ ਆ ਕੇ ਪਹਿਲਾ ਸਕਸੈਸਫੁਲ ਸੱਤ ਅਗਰ ਹੈ ਉਹ ਕਿਹੜਾ ਸੀ ਉਹ ਸੀ ਚੰਪਾਰਨ ਸੱਤ ਅਗਰ ਹੈ ਚੰਪਾਰਨ ਸੱਤ ਅਗਰ ਹੈ ਠੀਕ ਹੈ ਜੀ ਸਰ ਚੰਪਾਰਨ ਅਹਮਦਾਬਾਦ ਵਿੱਚ ਪਹਿਲੀ ਵਾਰੀ ਹੰਗਰ ਸਟ੍ਰਾਈਕ ਕੀਤੀ ਬਿਲਕੁਲ ਜੀ ਪਹਿਲੀ ਵਾਰੀ ਅਕਤੂਬਰ ਬੈਚ ਮੈਂ ਸੁਖ کہہ ਰਹੇ ਆਜ ਕਲਾਸ ਨਹੀਂ ਲੱਗੀ ਲੱਗੀ ਸੀ ਜੀ ओके सो नेक्स्ट पॉइंट देख लेया व्हिच कांसेप्ट इज और आर द कोर ऑफ गांधीयन थॉट महात्मा गांधी दी जड़ी दिमाग ਦੇ ਵਿੱਚ ਗੱਲਾਂ ਚਲਦੀ ਅਸੀਂ ਉਹਨਾਂ ਨੇ ਕਾਫੀ ਅਲੱਗ ਅਲੱਗ ਬੰਦਿਆਂ ਤੋਂ ਸਿੱਖਿਆ ਉਹਨਾਂ ਨੇ ਊਮੈਨਸੋ ਸਿੱਖਿਆ ਉਹਨਾਂ ਨੇ ਸੀਤਾ ਅਦ੍ਰੋਪਦੀ ਉਹਨਾਂ ਤੋਂ ਸਿੱਖਿਆ ਉਹਨਾਂ ਨੇ ਲਿਓ ਦੋਸਟ ਤੋਂ ਸਿੱਖਿਆ ਜੀਕੇ ਗੁਖਲੇ ਤੋਂ ਸਿੱਖਿਆ ਸਾਰੀਆਂ ਗੱਲਾਂ ਤੋਂ ਸਿੱਖ ਕੇ ਉਹਨਾਂ ਨੇ ਆਪਦੇ ਕਨਸੈਪਟ ਜਿਹੜੇ ਬਣਾਏ ਸੀ ਉਹ ਦੋ ਕਨਸੈਪਟ ਆਪਦੇ ਉਹਨਾਂ ਦੇ ਖੁਦ ਦੇ ਚੱਲਦੇ ਸੀ ਉਹ ਕਿਹੜੇ ਸੀ ਕਹਿੰਦੇ ਸੰਦੀਪ ਸਿੰਘ ਇਹਦੇ ਪੈਗ ਵੀ ਲਾਇਆ ਸੀ ਉਹਨਾਂ ਦੋਨਾਂ ਨੇ ਹਾਂ ਹਾਂ ਤੁਹਾਨੂੰ ਜਬੜਾ ਪਤਾ ਉਹਨਾਂ ਨੇ ਪਿੱਤੀ ਹੋਣੀ ਹੈ ਉਥੇ ਬੀਪੀ ਆ ਓਕੇਨ ਪਿੱਤੀ ਹੋਣੀ ਹੈ ਆ ਮੇਰੇ ਕੋਲ ਸਰ ਬੈਠੇ ਗਏ ਨੇ ਸਰ ਕਹਦੇ ਓਕੇਨ ਪਿੱਤੀ ਸੀ ਉਹਨਾਂ ਨੇ ਮਹਾਤਮਾ ਗਾਂਧੀ ਨੇ ਹਾਂ ਸਰ ਸੀ ਬਿਲਕੁਲ ਸੋ ਮਹਾਤਮਾ ਗਾਂਧੀ ਦੇ ਦੋ ਚੀਜ਼ਾਂ ਸੀ ਕਹਿੰਦੇ ਇੱਕ ਤਾਂ ਸੱਚਾਈ ਦੇ ਰਸਤੇ ਤੇ ਚੱਲਦੇ ਰਹੋ ਦੂਜਾ ਨੋਨ ਵਾਇਲੈਂਸ ਅਹਿੰਸਾ ਸੋ ਆ ਦੋਨੋਂ ਚੀਜ਼ਾਂ ਦਰਮੀਆਂਸ ਆਪਣੇ ਕੋਲ ਸੀ ਆਪਸ਼ਨ ਗਾਈਡੈਂਸ ਹੋਰ ਬਣੇਗਾ ਤਰੁਥ ਐਂਡ ਨੋਨ ਵਾਇਲੈਂਸ ਤਰੁਥ ਤੇ ਨੋਨ ਵਾਇਲੈਂਸ ਦੋ ਚੀਜ਼ਾਂ ਦੇ ਰਸਤੇ ਚੱਲਦੇ ਰਹੋ ਕੰਟੀਨਿਊ ਐਫਰਟਸ ਕਰਦੇ ਰਹੋ ਆਪਦੇ ਆਪਣੇ ਆਪ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਆਪਣੇ ਆਪ ਲਗੇ ਰਹੋ ਮੁੰਨਾ ਭਾਈ ਦੇਖਿਆ ਨਾ ਸੋ ਲਗੇ ਰਹੋ ਮੁੰਨਾ ਭਾਈ ਮੁੰਨਾ ਭਾਈ ਫਿਲਮ ਦੇ ਵਿੱਚ ਇਹੀ ਹੁੰਦਾ ਮਹਾਤਮਾ ਗਾਂਧੀ ਨੇ ਕਹਿੰਦੇ ਸੰਨਿਆਸ ਕੰਮ ਕਰਦਾ ਠੀਕ ਹੈ ਪੈਂਦੀਆਂ ਜ਼ਰੂਰ ਨੇ ਅਗਿਆ 1918 1917 ਵਿੱਚ ਪਹਿਲਾ ਸਤਿਆਗ੍ਰਹਿ ਸੀ 1918 ਦੇ ਵਿੱਚ ਮਹਾਤਮਾ ਗਾਂਧੀ ਨੇ ਆਰਗੇਨਾਈਜ਼ ਕੀਤਾ ਸਤਿਆਗ੍ਰਹਿ ਮੂਵਮੈਂਟ ਇਨ ਅਹਮਦਾਬਾਦ ਟੂ سپورਟ ਕਿਨੂੰ سپورਟ ਕਰਨ ਵਾਸਤੇ ਪਹਿਲਾ ਹੈਗਾ ਮੋਰਲੇ ਲੈਂਡਰ ਮਨੀ ਲੈਂਡਰਸ ਨੂੰ ਦੂਜਾ ਫਾਰਮਰਸ ਨੂੰ ਸੋਲਜਰਸ ਨੂੰ ਮਿਲ ਕੇ ਮਿਲ ਦੇ ਵਰਕਰਸ ਨੂੰ ਸੋ ਅਹਮਦਾਬਾਦ ਦੇ ਵਿੱਚ ਆਪਣੇ ਕੋਲ ਹੋਇਆ ਅਹਮਦਾਬਾਦ ਕਿੱਥੇ ਹੈਗਾ ਅਹਿਮਦਾਬਾਦ ਹੈਗਾ ਕਿੱਥੇ ਗੁਜਰਾਤ ਵਿੱਚ ਕਿੱਥੇ ਹੈ ਗੁਜਰਾਤ ਮੈਂ ਫਿਰ ਕਹਿ ਰਿਹਾ ਮਹਾਤਮਾ ਗਾਂਧੀ ਕੋਲ ਬੁਲਟ ਹੁੰਦਾ ਸੀ ਉਦੋਂ ਉਹ ਮਹਾਤਮਾ ਗਾਂਧੀ ਨੇ ਬੁਲਟ ਵੇਚਿਆ ਨਹੀਂ ਹਜੇ ਵੀ ਉੱਥੇ ਪਿਆ ਮਹਾਤਮਾ ਗਾਂਧੀ ਦਾ ਬੁਲਟ ਦੇਖ ਕੇ ਆ ਸਕਦੇ ਹੋ ਸੋ ਪਹਿਲਾਂ ਕਿੱਥੇ ਹੋ ਰਿਹਾ ਸੀ ਪਹਿਲਾ ਸਤਿਗ ਰਿਹਾ ਹੋ ਰਿਹਾ ਇੱਥੇ ਬਿਹਾਰ ਵਿੱਚ ਬਿਹਾਰ ਇੱਧਰ ਹੈ ਆਪਣੇ ਕੋਲ ਬਿਹਾਰ ਵਿੱਚ ਹੋ ਰਿਹਾ ਹੁਣ ਹੋ ਰਿਹਾ ਗੁਜਰਾਤ ਵਿੱਚ ਸੋ ਇੱਕ ਬਿਹਾਰ ਦੇ ਵਿੱਚ ਹੋਇਆ ਦੋ ਗੁਜਰਾਤ ਵਿੱਚ ਹੋਇਆ ਚੰਪਾਰਨ ਆਪਣੇ ਕੋਲ ਬਿਹਾਰ ਹੈ ਸੀ ਗੁਜਰਾਤ ਦੇ ਵਿੱਚ ਅਹਿਮਦਾਬਾਦ ਤੇ ਖੇੜਾ ਦੋ ਸੀ ਨੋਟੀਫਿਕੇਸ਼ਨ ਨਹੀਂ ਆਇਆ ਕਹਿੰਦੇ ਨੋਟੀਫਿਕੇਸ਼ਨ ਭੇਜਿਆ ਤਾਂ ਹੋਇਆ ਤੁਹਾਨੂੰ ਟੈਲੀਗ੍ਰਾਮ ਗਰੁੱਪ ਜੁਆਇਨ ਕਰਕੇ ਰੱਖੋ ਟੈਲੀਗ੍ਰਾਮ ਦੇ ਵਿੱਚ ਤੁਹਾਨੂੰ ਮੈਸੇਜ ਪਹੁੰਚ ਜਾਂਦਾ ਹੁੰਦਾ ਬਿਲਕੁਲ ਜੀ ਬਿਲਕੁਲ ਸੋ ਕਾਦੇ ਵਾਸੇ ਕੀਤਾ ਸੀ ਜਿਹੜੇ ਮਿਲ ਦੇ ਵਰਕਰ ਸੀ ਕੀ ਸੀ ਮਿਲ ਦੇ ਵਰਕਰ ਚਲੋ ਐਂਦੀ ਕਹਾਣੀ ਤੁਹਾਨੂੰ ਮੈਂ ਸੁਣਾ ਦੇਣਾ ਜਿਹੜੇ ਅਹਮਦਾਬਾਦ ਦੇ ਵਿੱਚ ਮਿਲ ਦੇ ਵਰਕਰ ਸੀ ਉਸ ਸਮੇਂ ਉੱਥੇ ਪਲੇਗ ਫੈਲਿਆ ਹੋਇਆ ਸੀ ਇਹਨਾਂ ਨੂੰ ਪਲੇਗ ਬੋਨਸ ਚਾਹੀਦਾ ਸੀ ਪੇਪਰ ਇਸ ਆਏਗਾ ਸਭ ਤੋਂ ਵੱਡਾ ਰੀਜ਼ਨ ਕਾਰਨ ਕੀ ਸੀ ਪਲੇਗ ਬੋਨਸ ਇਹ ਆਏਗਾ ਹਾਈਕ ਇਨ ਵੇਜਿਸ ਹਾਈਕ ਇਨ ਵੇਜਿਸ ਮਤਲਬ ਦਿਹਾੜੀ ਦੇ ਵਿੱਚ ਵਾਧਾ ਕਰਨਾ ਸੋ ਉਹਨਾਂ ਨੂੰ ਤੇ ਆੜੀ ਮਿਲਦੀ ਸੀ ਇਨੀ ਕਹਿੰਦੇ ਆ ਬ੍ਰਿਟਿਸ਼ਰਸ ਕਹ ਰਹੇ ਸੀ ਤੁਹਾਡੀ ਤਿਆੜੀ ਵਧਾ ਦਿੰਨੇ ਆ ਸੀ ਇਨਕਰੀਸ ਕਰ ਦਿੰਨੇ ਆ 20% ਨਾਲ ਲੇਕਿਨ ਜਿਹੜੇ ਵਰਕਰ ਸੀ ਕਹਿੰਦੇ ਨਹੀਂ ਕਹਿੰਦੇ ਅਸੀਂ ਮੰਨਾਂਗੇ 50% ਨਾਲ ਮਹਾਤਮਾ ਗਾਂਧੀ ਨੂੰ ਸਟ੍ਰਾਈਕ ਭੇਜੀ ਗਈ ਤੰਨਾ ਲਾ ਕੇ ਫੋਨ ਮਾਰਿਆ ਗਿਆ ਸੋ ਫੋਨ ਮਾਰ ਕੇ ਮਹਾਤਮਾ ਗਾਂਧੀ ਆਏ ਆ ਮਹਾਤਮਾ ਗਾਂਧੀ ਨੇ ਵਿਚੋ ਵਿਚਾਲਾ ਰਸਤਾ ਗੱਡਿਆ 35% ਹਾਈਕ ਦਵਾਤਾ ਸਤਿਆਗ੍ਰਹਿ ਕੀਤਾ ਅਹਮਦਾਬਾਦ ਮਿਲ ਸਤਿਆਗ੍ਰਹਿ ਐਥੇ ਮਹਾਤਮਾ ਗਾਂਧੀ ਨੇ ਇਹ ਕੁਸ਼ਣ ਹੰਦਾ ਹੁੰਦਾ ਹੈ ਪਹਿਲੀ ਵਾਰ ਪਹਿਲੀ ਵਾਰ ਹੰਗਰ ਸਟ੍ਰਾਈਕ ਭੁਖੜ ਹੜਤਾਲ ਯੂਜ਼ ਕੀਤੀ ਸੀ ਆਪਣੇ ਇੰ ਕਿਥੇ ਅਹਮਦਾਬਾਦ ਮਿਲ ਸੱਤਿਆਗ੍ਰਹਿ ਦੇ ਵਿੱਚ ਇਹ ਕੁਐਸਚਨ ਬਹੁਤ ਜ਼ਿਆਦਾ ਵਾਰੀ ਆਇਆ ਹੋਇਆ ਸੋ ਪਹਿਲੀ ਵਾਰੀ ਭੋਖੜਦਾਲ ਮਹਾਤਮਾ ਗਾਂਧੀ ਨੇ ਯੂਜ਼ ਕੀਤੀ ਆ ਜਗ੍ਹਾ ਤੇ ਸਰ ਕੀ ਇਹ ਸਾਰਾ ਕੁਝ 3 ਜਨਵਰੀ ਵਾਲੇ ਬੈਚ ਵਿੱਚ ਮਿਲੇਗਾ ਬਿਲਕੁਲ ਆਪਾਂ 3 ਜਨਵਰੀ ਵਾਲਾ ਜਿਹੜਾ ਬੈਚ ਸਟਾਰਟ ਕਰਨ ਜਾ ਰਹੇ ਆ ਉਹ 3 ਜਨਵਰੀ ਵਾਲੇ ਬੈਚ ਦੀ ਡਿਟੇਲ ਤੁਹਾਨੂੰ ਹੁਣੇ 5 ਮਿੰਟ ਦੇ ਦੇ ਦੂੰਗਾ 5 ਮਿੰਟ ਦੇ ਦੋ ਮੈਂ ਤੁਹਾਨੂੰ 5 ਮਿੰਟ ਦੇ ਤੁਹਾਨੂੰ 3 ਜਨਵਰੀ ਵਾਲੇ ਬੈਚ ਦੀ ਸਾਰੀ ਡਿਟੇਲ ਮਿਲ ਜੇਗੀ ਜੋ ਸਟਾਰਟ ਹੋ ਰਿਹਾ ਹੈ ਨੈਕਸਟ ਆਪ ਵਿੱਚ ਉਹਦਾ ਫੋਲੋਇੰਗ ਫਰਸਟ ਸਤਿਆਗ੍ਰਹਿ ਆਰਗੇਨਾਈ ਸੋ ਮਹਾਤਮਾ ਗਾਂਧੀ ਦਾ ਬ੍ਰਿਟਿਸ਼ ਰੂਲ ਦੇ ਟਾਈਮ ਦੇ ਬ੍ਰਿਟਿਸ਼ ਰਾਜ ਦੇ ਟਾਈਮ ਦੇ ਸਭ ਤੋਂ ਪਹਿਲਾ ਸਤਿਆਗ੍ਰਹਿ ਕਿਹੜਾ ਸੀ? ਥੈਂਕ ਯੂ ਸਰੋਜ। ਬਿਲਕੁਲ ਮਿਲੇਗਾ ਪਵਨ ਕੁਮਾਰ, ਪਵਨ ਕੋਰ ਸੋਰੀ। ਇਹ ਵਾਲੀ ਸੀਰੀਜ਼ PB013 ਵਾਲਿਓ 6ਵਾਂ ਲੈਕਚਰ ਆ ਜਾਂਦਾ। 6ਵਾਂ ਲੈਕਚਰ ਤੁਹਾਨੂੰ ਪਲੇਲਿਸਟ 'ਚ ਸਾਰੀ ਸੀਰੀਜ਼ ਮਿਲ ਜੇਗੀ। ਸੋ ਪਹਿਲਾ ਆਪਣੇ ਕੋਲ ਉਹਨਾਂ ਨੇ ਸਤਿਆਗ੍ਰਹਿ ਕੀਤਾ ਚੰਪਾਰਾ 1917 ਦੇ ਵਿੱਚ। 1917 ਵਿੱਚ ਚੰਪਾਰਾ ਸੀ ਪਹਿਲਾ ਸਕਸੈਸਫੁਲ ਸਤਿਆਗ੍ਰਹਿ। 1918 ਦੇ ਵਿੱਚ ਦੋ ਕਰਿਆ ਉਹਨਾਂ ਨੇ ਇੱਕ ਕਰਿਆ ਉਹਨਾਂ ਨੇ ਖੇੜਾ ਤੇ ਇੱਕ ਉਹਨਾਂ ਨੇ ਕਰਿਆ ਅਹਮਦਾਬਾਦ ਮਿਲ ਸਤਿਆਗ੍ਰਹਿ ਸੋ ਇੱਥੇ ਪੁੱਛਿਆ ਜਾ ਰਿਹਾ ਆਪਣਾ ਜਿਹੜਾ ਸਭ ਤੋਂ ਪਹਿਲਾ ਸਤਿਆਗ੍ਰਹਿ ਸੀ ਮਹਾਤਮਾ ਗਾਂਧੀ ਤੋਂ ਆਪਣੇ ਇੰਡੀਆ ਦੇ ਵਿੱਚ ਆਈ ਸੀ ਉਹ ਕਿਹੜਾ ਸੀ ਚੰਪਾਰਾ ਸਤਿਆਗ੍ਰਹਿ ਕਿਹੜਾ ਚੰਪਾਰਾ ਬੰਬੇ ਦਿੱਲੀ ਕੋਈ ਸਤਿਆਗ੍ਰਹਿ ਨਹੀਂ ਹੋਈ ਬਰਦੋਲੀ ਸਤਿਆਗ੍ਰਹਿ ਅੱਛਾ ਬਰਦੋਲੀ ਸਤਿਆਗ੍ਰਹਿ ਦੀ ਮੈਂ ਇੱਥੇ ਹੀ ਗੱਲ ਕਰ ਦੇਣਾ ਬਰਦੋਲੀ ਸਤਿਆਗ੍ਰਹਿ ਜਲਦੀ ਜਲਦੀ ਕਮੈਂਟ ਕਰਕੇ ਦੱਸੋ ਕਿਹੜੇ ਸਾਲ ਦੇ ਵਿੱਚ ਹੋਇਆ ਸੀ ਬਰਦੋਲੀ ਸਤਿਆਗ੍ਰਹਿ ਕਿਹੜੇ ਸਾਲ ਦੇ ਵਿੱਚ ਹੋਇਆ ਬਰਦੋਲੀ ਤੇ ਕਿੰਨੇ ਕਰਿਆ ਸੀ ਕਿਉਂ ਕਰਿਆ ਸੀ ਬਰਦੋਲੀ ਸੱਤਿਆਗ੍ਰਹਿ ਅਨਸਰ ਆਇਆ ਅੰਜੂ ਜੀ ਦਾ 1928 ਵੈਰੀ ਗੁੱਡ 1928 ਕਿਹੜੇ ਬੰਦੇ ਨੇ ਕੀਤਾ ਜਿਨ੍ਹਾਂ ਨੂੰ ਇਥੋਂ ਬਰਦੋਲੀ ਪਿੰਡ ਦੀਆਂ ਜਨਾਨੀਆਂ ਨੇ ਊਮੈਨਸ ਨੇ ਫੀਮੇਲਸ ਨੇ ਉਥੇ ਉਹਨਾਂ ਨੂੰ ਇੱਕ ਟਾਈਟਲ ਦਿੱਤਾ ਸੀ ਥੈਟ ਵਾਸ ਸਰਦਾਰ ਰਜਿੰਦਰ ਪ੍ਰਸਾਦ ਐਂਡ ਜੇਬੀ ਕਿਰਪਲਾਨੀ ਨਹੀਂ ਗਏ 1917 ਨਾਲ ਗਏ ਠੀਕ ਹੈ ਬਿਲਕੁਲ ਗਏ ਸੀ ਜੇਬੀ ਕਿਰਪਲਾਨੀ ਨਾਲ ਸੀ ਰਜਿੰਦਰ ਪ੍ਰਸਾਦ ਨਾਲ ਸੀ 1917 ਚੰਪਾਰਾਂ ਦੇ ਵਿੱਚ 1928 1928 1929 ਨਹੀਂ ਹੈ 발 ਗੰਗਾਦਰ ਤਿਲਕ ਨਹੀਂ ਹੈ ਜੀ ਜਿਨ੍ਹਾਂ ਨੇ ਕਮੈਂਟ ਕੀਤਾ ਤਿਲਕ ਜੀ ਵੱਲਭਾਈ ਪਟੇਲ ਬਿਲਕੁਲ ਜੀ ਸੋ ਵੱਲਭਾਈ ਪਟੇਲ ਨੇ ਆਪਣੇ ਕੋਲ ਦੋ ਸੱਤਿਆਗ੍ਰਹਿ ਦੇ ਵਿੱਚ ਮੇਨ ਰੋਲ ਪਲੇ ਕੀਤਾ ਇੱਕ ਤਾਂ ਉਹਨਾਂ ਦਾ ਆਵਦਾ ਸੱਤਿਆਗ੍ਰਹਿ ਬਰਦੋਲੀ ਸੱਤਿਆਗ੍ਰਹਿ ਕਾਤੂ ਹੋਇਆ ਸੀ ਜ਼ਮੀਨ ਦੇ ਉੱਪਰ ਟੈਕਸ ਲੱਗ ਰਿਹਾ ਸੀ ਸੋ ਲੈਂਡ ਟੈਕਸ ਸੋ ਮੈਂ ਦੱਸਦਾ ਲੈਂਡ ਟੈਕਸ ਭੂਮੀਕਰ ਕਿਸਾਨਾਂ ਨੂੰ ਦੇਣਾ ਪੈ ਰਿਹਾ ਸੀ ਸੋ ਲੈਂਡ ਟੈਕਸ ਰਿਗਾਰਡਿੰਗ ਇੱਕ ਆਪਣੇ ਕੋਲ ਖੇੜਾ ਸੱਤਿਆਗ੍ਰਹਿ ਹੋਇਆ ਮਹਾਤਮਾ ਗਾਂਧੀ ਦਾ ਇੱਕ ਆਪਣੇ ਕੋਲ ਬਰਦੋਲੀ ਸੱਤਿਆਗ੍ਰਹਿ ਹੋਇਆ ਵੱਲਭਾਈ ਪਟੇਲ ਦਾ ਸੁਣੋ ਬਰਦੋਲੀ ਸੱਤਿਆਗ੍ਰਹਿ ਵੱਲਭਾਈ ਪਟੇਲ ਨੇ ਖੁਦ ਕਰਿਆ ਖੁਦ ਕਰਿਆ ਇਹ ਮਹਾਤਮਾ ਗਾਂਧੀ ਜੀ ਨੇ ਕਰਿਆ ਲੇਕਿਨ ਮਹਾਤਮਾ ਗਾਂਧੀ ਦਾ ਸਾਥ ਖੇੜਾ ਦੇ ਵਿੱਚ ਕਿਹਨੇ ਦਿੱਤਾ ਸੀ ਵੱਲਭਾਈ ਪਟੇਲ ਨੇ ਸੋ ਇਹ ਕੁਐਸਚਨ ਵੀ ਆਉਂਦਾ ਹੁੰਦਾ ਵੱਲਭੇ ਪਟੇਲ ਨੇ ਕਿਹੜੇ ਸੱਤਿਆਗ੍ਰਹਿ ਵਿੱਚ ਮਹਾਤਮਾ ਗਾਂਧੀ ਦਾ ਸਾਥ ਦਿੱਤਾ ਉਹ ਦਿੱਤਾ ਖੇੜਾ ਦੇ ਵਿੱਚ ਯਾਦ ਕਰੋਗੇ ਦੋਨੋਂ ਦੋਨੋਂ ਜਿਹੜੇ ਆਪਣੇ ਕੋਲ ਆਪਣੇ ਸੱਤਿਆਗ੍ਰਹਿ ਸੀ ਵੱਲਭਾਈ ਪਟੇਲ ਨਾਲ ਰਿਲੇਟਡ ਉਹ ਦੋਨੋਂ ਹੀ ਜ਼ਮੀਨਕਰ ਭੂਮੀਕਰ ਦੇ ਉੱਪਰ ਸੀ ਸੋ ਜ਼ਮੀਨ ਦੇ ਉੱਪਰ ਕਿਸਾਨਾਂ ਨੂੰ ਟੈਕਸ ਪੇ ਕਰਨਾ ਪੈ ਰਿਆ ਸੀ ਹੈਵੀ ਜਿੰਨੇ ਕਰਕੇ ਉਹਨਾਂ ਦੀ ਇਨਕਮ ਤਾਂ ਨਹੀਂ ਹੋਣੀ ਬਾਰੇ ਸੀ ਲੇਕਿਨ ਪੱਲਿਓ ਪੈਸੀ ਦੇਣੇ ਪੈਂਦੇ ਸੀ ਬ੍ਰਿਟਿਸ਼ਰਸ ਨੂੰ ਐਸੇ ਕਰਕੇ ਬਿਲਕੁਲ ਹਰਮਨਪ੍ਰੀਤ ਗੌਰ ਜਿਹੜਾ ਜੀਕੇ ਦਾ ਕੋਰਸ ਹੋਏਗਾ ਉਹਦੇ ਵਿੱਚ ਪੰਜਾਬ ਜੀਕੇ ਵੀ ਤੁਹਾਡੇ ਕੋਲ ਮਿਲ ਜਾਏਗੀ ਠੀਕ ਹੈ ਚਲੋ ਨੈਕਸਟ ਕੁਐਸਚਨ ਉੱਪਰ ਚੱਲ ਰਹੇ ਹਾਂ ਅਗਲਾ ਕੁਐਸਚਨ ਪਹਿਲਾ ਕੁਐਸਚਨ ਦਾ ਆਨਸਰ ਦਾਸਤਾ ਮੈਂ ਹਾਂ ਚੰਪਾਰ ਅਗਲਾ ਆਪਣੇ ਕੋਲ ਹੈਗਾ ਵੇਅਰ ਡਿਡ ਮਹਾਤਮਾ ਗਾਂਧੀ ਸਟਾਰਟ ਦੀ ਸੋਚ ਸਤਿਆਗ੍ਰਹਿ ਹੁਣ ਮਹਾਤਮਾ ਗਾਂਧੀ ਨੇ ਇੱਕ ਨਮਕ ਦਾ ਸਤਿਆਗ੍ਰਹਿ ਵੀ ਸੀ ਤਿੰਨ अनमोलप्रीत सिंह ए ਤੁਸੀਂ ਆਈਡੀਆ ਨਹੀਂ ਲਗਾ ਸਕਦੇ ਜੇ ਤੁਹਾਨੂੰ ਕੋਈ ਟੀਚਰ ਕਹਿ ਰਿਹਾ ਵੀ 6 ਮਹੀਨੇ ਦੇ ਕਰੰਟ ਅਫੇਅਰ ਆਣਗੇ ਸਾਲ ਦੇ ਕਰੰਟ ਅਫੇਅਰ ਆਣਗੇ ਮੈਂ ਕਹੂੰਗਾ ਭਾਵੇਂ 2 ਸਾਲ ਦੇ ਵੀ ਆ ਜਾਣ ਕੁਝ ਨਹੀਂ ਪਤਾ ਹੁੰਦਾ ਅਗਰ ਮੈਂ ਕਹਿੰਦਾ 1.5 ਸਾਲ ਪਹਿਲਾਂ ਇੱਕ ਐਜੀ ਚੀਜ਼ ਹੈਪਨਿੰਗ ਹੋਈ ਸੀ ਜਿੰਦਾ ਇਫੈਕਟ ਅੱਜ ਵੀ ਚੱਲ ਰਿਹਾ ਜਿਹੜੀ ਚੀਜ਼ ਅੱਜ ਵੀ ਨਿਊਜ਼ 'ਚ ਚੱਲ ਰਹੀ ਹੈ ਸੋ ਉਹ 1.5 ਸਾਲ ਦਾ ਕਰੰਟ ਅਫੇਅਰ ਪੁਰਾਣਾ ਵੀ ਤੁਹਾਨੂੰ ਪੇਪਰ 'ਚ ਆ ਸਕਦਾ ਹੈ ਇੱਕ ਕਦੇ ਨਾ ਸੋਚਿਆ ਕਰੋ ਵੀ ਸਿਰਫ 6 ਮਹੀਨੇ ਦੇ ਪੇਪਰ ਦੇ ਵਿੱਚ ਕਰੰਟ ਅਫੇਅਰ ਆਣਗੇ ਨਹੀਂ ਜੀ ਰੈਗੂਲਰ ਨਿਊਜ਼ ਤੋਂ ਪ੍ਰਾਣੀ ਨਿਊਜ਼ ਕਰਨ ਸੋ A B B ਇੱਕ ਜਣ ਨੇ B ਲਿਖਿਆ ਬਹੁਤ ਵੱਡਾ ਸਾਰਾ ਸੋ ਕਿਹੜੀ ਜਗ੍ਹਾ ਤੋਂ ਵੇਅਰ ਡਿਡ ਸੋਰੀ ਵੇਅਰ ਡਿਡ ਮਹਾਤਮਾ ગાંધી ਦੀ ਸਤਿਆਗ੍ਰਹਿ ਦਾ ਸੋਡ ਸਤਿਆਗ੍ਰਹਿ ਕਈ ਜਣੇ ਕਹਿ ਰਹੇ ਆ A ਤੇ ਕਈ ਜਣੇ ਕਹਿ ਰਹੇ B ਕੁਐਸਚਨ ਪੜ੍ਹ ਲਓ ਮਹਾਤਮਾ ગાંધી ਨੇ ਲੂਣ ਸਤਿਆਗ੍ਰਹਿ ਨਮਕ ਸਤਿਆਗ੍ਰਹਿ ਕਿੱਥੋਂ ਸ਼ੁਰੂ ਕੀਤਾ ਸੀ ਸੋ ਪਹਿਲੀ ਗੱਲ ਦਾ ਨਮਕ ਸਤਿਆਗ੍ਰਹਿ ਸਟਾਰਟ ਕਦੋਂ ਹੋਇਆ ਉਹ ਹੋਇਆ 12 ਮਾਰਚ ਨੂੰ ਕਦੋਂ ਹੋਇਆ 12 ਮਾਰਚ ਤੋਂ ਕਿਹੋ ਤੱਕ ਚੱਲਿਆ 6 ਅਪ੍ਰੈਲ ਤੱਕ ਚੱਲਿਆ 12 ਮਾਰਚ ਤੋਂ 6 ਅਪ੍ਰੈਲ ਤੱਕ ਚੱਲਿਆ ਉਹਨਾਂ ਨੇ ਸਟਾਰਟ ਕੀਤਾ ਕਿੱਥੋਂ ਦੀ ਕੀਤਾ ਸਾਬਰਮਤੀ ਤੋਂ ਕੀਤਾ ਹੋ ਗਏ ਡਾਂਡੀ ਤੱਕ ਸਾਬਰਮਤੀ ਤੋਂ ਡਾਂਡੀ ਤੱਕ ਐਸੇ ਕਰਕੇ ਇਹਨੂੰ ਨਮਕ ਸत्याग्रह ਆ ਜਾਂ ਡਾਂਡੀ ਮਾਰਚ ਦੇ ਨਾਮ ਤੋਂ ਜਾਣਦੇ ਕੇ ਨਾਮ ਤੋਂ ਡਾਂਡੀ ਮਾਰਚ ਸੋ ਨਮਕ ਸत्याग्रह ਦੇ ਨਾਮ ਤੋਂ ਜਾਣਦੇ ਆ ਸਟਾਰਟ ਕਿੱਥੋਂ ਕੀਤਾ ਉਹਨਾਂ ਨੇ ਇਹ ਪੁੱਛਿਆ ਸੀ ਸत्याग्रह ਸ਼ੁਰੂ ਕਿੱਥੋਂ ਕੀਤਾ ਗਿਆ ਸੀ ਕਿੱਥੋਂ ਸ਼ੁਰੂ ਕੀਤਾ ਸੋ ਸਾਬਰਮਤੀ ਤੋਂ ਸ਼ੁਰੂ ਕੀਤਾ ਹਾਂ ਸਾਬਰਮਤੀ ਤੋਂ ਯਾਦ ਰੱਖਣਾ ਸਾਬਰਮਤੀ ਇੱਕ ਆਸ਼ਰਮ ਹੀ ਬਣਾਇਆ ਸੀ 1917 ਵਿੱਚ ਮਹਾਤਮਾ ਗਾਂਧੀ ਨੇ 12 ਮਾਰਚ ਵੈਰੀ ਗੁੱਡ 12 ਮਾਰਚ ਸੋ ਇਹਦਾ ਮੇਨ ਰੀਜ਼ਨ ਕੀ ਸੀ ਇਹਨੂੰ ਨਮਕ ਸत्याग्रह ਕਿਉਂ ਕਿਹਾ ਜਾਂਦਾ ਡਾਂਡੀ ਮਾਰਚ ਨੂੰ ਕਿਉਂਕਿ ਬ੍ਰਿਟਿਸ਼ਰਜ਼ ਨਮਕ ਦੇ ਉੱਪਰ ਟੈਕਸ ਲਗਾਉਂਦੇ ਸੀ ਬ੍ਰਿਟਿਸ਼ਰਸ ਕੀ ਕਰਦੇ ਸੀ ਨਮਕ ਦੇ ਉਪਰ ਟੈਕਸ ਲਗਾਉਂਦੇ ਸੀ ਐਨੂ ਆਸ ਸਤਿਆਗ੍ਰਹਿ ਨੂੰ ਚਲੋ ਮੈਂ ਇੱਥੇ ਦੱਸਦਾ ਇਹ ਵਾਲੇ ਸਤਿਆਗ੍ਰਹਿ ਨੂੰ ਪੂਰ ਮੈਨ ਸਤਿਆਗ੍ਰਹਿ ਵੀ ਬੋਲਿਆ ਗਿਆ ਪੂਰ ਮੈਨ ਸਤਿਆਗ੍ਰਹਿ ਪੂਰ ਮੈਨ ਸਤਿਆਗ੍ਰਹਿ ਦਾ ਮਤਲਬ ਆਪਣੇ ਕੋਲ ਕੀ ਹੋ ਗਿਆ ਚਲੋ ਤੁਹਾਨੂੰ ਮੈਂ ਨਵੀਆਂ ਗੱਲਾਂ ਦੱਸਦਾ ਜਿਹੜਾ ਆਪਣੇ ਕੋਲ ਡਾਂਡੀ ਮਾਰਚ ਹੈ ਡਾਂਡੀ ਮਾਰਚ ਕਾਫੀ ਚੀਜ਼ ਆ ਜਾਂਦੀ ਹੈ ਹੋਣੀ ਹੈ ਤੁਸੀਂ ਸੁਨਿਆ ਨਹੀਂ ਹੋਣਗੇ ਮੇਰੀ ਗਾਰੰਟੀ ਹੈ ਸੋ ਡਾਂਡੀ ਮਾਰਚ ਨੂੰ ਆਪਾਂ ਕਿਸ ਨਾਮ ਤੋਂ ਜਾਣਦੇ ਆ ਤੁਸੀਂ ਜਾਣਦੇ ਹੋ ਸੋਲਡ ਸਤਿਆਗ੍ਰਹਿ ਆ ਐਸ ਨਾਮ ਤੋਂ ਜਾਣਦੇ ਹੋ ਵੱਧ ਤੋਂ ਵੱਧ ਆਪਣੇ ਦਿਮਾਗ ਦੇ ਵਿੱਚ ਕੀ ਆ ਜਾਂਦਾ ਵੀ ਇਹ ਸੀਵੀ ਡਿਸੋਬਿਡੀਅੰਸ ਮੂਵਮੈਂਟ ਦੇ ਅੰਡਰ ਸਟਾਰਟ ਹੋਇਆ ਸੀ ਨਾ ਮਿਲਵਰਤਨ ਅੰਦੋਲਨ ਸੀਵੀ ਡਿਸੋਬਿਡੀਅੰਸ ਮੂਵਮੈਂਟ ਇਹ ਆਪਣੇ ਕੋਲ ਸਟਾਰਟ ਹੋਈ ਹੈ 1930 ਦੇ ਵਿੱਚ ਉਹਦਾ ਇੱਕ ਹਿੱਸਾ ਸੀ ਆਪਾਂ ਇਹ ਵੀ ਮੰਨ ਲੈਂਦੇ ਆ ਥੈਨ ਉਹਦੇ ਤੋਂ ਬਾਅਦ ਮੈਂ ਇੱਥੇ ਲਿਖੂਗਾ ਇਹਨੂੰ ਪੂਰ ਮੈਨ ਸਤਿਆਗ੍ਰਹਿ ਬੋਲਿਆ ਗਿਆ ਪੂਰ ਮੈਨ ਜਾਂ ਕਹੀ ਜਾਏਗਾ ਕਾਮਨ ਮੈਨ ਵੀ ਲਿਖਿਆ ਜਾਂਦਾ ਐਕਚੁਅਲੀ ਪੂਰ ਮੈਨ ਜ਼ਿਆਦਾ ਸੂਟੇਬਲ ਰਹੇਗਾ ਜੋ ਮਹਾਤਮਾ ਗਾਂਧੀ ਨੇ ਖੁਦ ਵਰਡਿੰਗ ਦਿੱਤੀ ਪੂਰ ਮੈਨ ਸਤਿਆਗ੍ਰਹਿ ਇੰਦਾ ਮਤਲਬ ਕੀ ਹੈ ਕਿਉਂਕਿ ਨਮਕ ਦੇ ਉੱਪਰ ਟੈਕਸ ਹੈ ਸੋ ਨਮਕ ਇੱਕ ਨਿਸਸ਼ਟੀ ਹੈ ਇੱਕ ਜ਼ਰੂਰੀ ਚੀਜ਼ ਹੈ ਸੋ ਉੱਥੇ ਗਰੀਬਾਂ ਦੇ ਉੱਪਰ ਸਭ ਤੋਂ ਜ਼ਿਆਦਾ ਇਫੈਕਟ ਪੈ ਰਿਹਾ ਸੀ ਵੀ ਜਿਹੜੇ ਚੀਜ਼ ਜ਼ਰੂਰੀ ਹੈ ਉਹਨਾਂ ਕੋਲ ਪੇਮੈਂਟ ਨਹੀਂ ਸੀ ਉਹ ਖਰੀਦਣ ਵਾਸਤੇ ਵੀ ਨਮਕ ਕਿਉਂਕਿ ਟੈਕਸ ਬੋਝ ਆ ਲੱਗ ਰਿਹਾ ਸੀ ਹੁਣ ਟੈਕਸ ਲੱਗਣ ਦਾ ਕਾਰਨ ਕੀ ਸੀ ਬ੍ਰਿਟਿਸ਼ਰਜ਼ ਬ੍ਰਿਟਿਸ਼ਰਜ਼ ਇੰਡੀਆ ਦੇ ਵਿੱਚੋਂ ਪ੍ਰੋਡਿਊਸ ਨਹੀਂ ਕਰਵਾ ਰਹੇ ਸੀ ਨਮਕ ਉਹ ਬਾਹਰੋਂ ਦੀ ਆਪਣੇ ਕੋਲ ਮੰਗਵਾਉਂਦੇ ਸੀ ਤੇ ਬਾਹਰੋਂ ਮੰਗਵਾਣਾ ਸੀ ਕਸਟਮ ਡਿਊਟੀ ਲੱਗਦੀ ਹੈ ਚੁੰਗੀ ਕਰ ਲੱਗਦਾ ਹੁੰਦੇ ਉੱਪਰ ਚੁੰਗੀ ਕਰ ਗਿਆ ਸੋਰੀ ਆਪਣਾ ਕ ਸੋ ਆਯਾਤ ਕਰ ਲੱਗਦਾ ਹੁੰਦੇ ਉੱਪਰ ਉਹਦੇ ਕਰਕੇ ਨਮਕ ਦੀ ਜਿਹੜੀ ਕੋਸ਼ਿਸ਼ੀ ਬਹੁਤ ਜ਼ਿਆਦਾ ਹੋ ਰਹੀ ਸੀ ਹੁਣ ਇਹਨੂੰ ਪੂਰ ਮਹਸਤ ਤੱਕ ਦਾ ਕਿਹਾ ਗਿਆ ਹੋਰ ਇਹਨੂੰ ਕੀ ਕਿਹਾ ਗਿਆ ਹੋਰ ਇਹਨੂੰ ਕੀ ਕਿਹਾ ਗਿਆ ਵਾਈਟ ਰਿਵਰ ਸਤਿਆਗੜਾ ਵਾਈਟ ਰਿਵਰ ਸਤਿਆਗੜਾ ਕਿਉਂ ਕਿਹਾ ਗਿਆ ਇਹਦੇ ਵਿੱਚ ਜਿੰਨੇ ਵੀ ਬੰਦੇ ਸੀ ਦੇਖੋ ਸਟਾਰਟਿੰਗ ਤੋਂ ਥੋੜੇ ਜਿਹੇ ਬੰਦੇ ਸਟਾਰਟ ਕੀਤੇ ਸੀ ਬੜੇ ਹੀ ਥੋੜੇ ਬੰਦੇ ਜੁੜੇ ਸੀ ਨਾਲ ਅਗਰ ਸਟਾਰਟਿੰਗ ਤੋਂ ਥੋੜੇ ਜੁੜੇ ਇੱਕ ਊਮਨ ਵੀ ਜੁੜੀ ਨਾਲ ਸਰੋਜਨੀ ਨਾਇਡੂ ਐਂਡ ਦੇ ਜਾਂਦੇ ਜਾਂਦੇ ਬਿਲਕੁਲ ਐਂਡ ਦੇ ਜਾਂਦੇ ਜਾਂਦੇ ਇਹਨਾਂ ਨਾਲ ਹਜ਼ਾਰੋਂ ਬੰਦੇ ਇਕੱਠੇ ਹੋ ਗਏ ਪੂਰੇ ਇੰਡੀਆ ਦੇ ਦੰਗਿਆਂ ਦੀ ਆਗਿਆ ਸੀ ਪੂਰਾ ਇੰਡੀਆ ਜਦਨੇ ਬ੍ਰਿਟਿਸ਼ਰ ਦੇ ਅਗੇਂਸਟ ਖੜਾ ਹੋ ਗਿਆ ਸੀ ਸਰੋਜਨੀ ਨਾਇਡੂ ਪਹਿਲੀ ਊਮਨ ਸੀ ਜਿਹੜੀ ਅਰੈਸਟ ਹੋਈ ਜਾਂਦੇ ਵਿੱਚ ਫਰਸਟ ਊਮਨ ਸਰੋਜਨੀ ਨਾਇਡੂ ਸੀ ਡਾਂਡੀ ਮਾਰਚ ਦੇ ਵਿੱਚ ਅਰੈਸਟ ਹੋਈ ਕੁਐਸਚਨ ਵੀ ਆਂਦਾ ਹੁੰਦਾ ਹੈ ਵੀ ਡਾਂਡੀ ਮਾਰਚ ਦੇ ਵਿੱਚ ਮਹਾਤਮਾ ਗਾਂਧੀ ਦਾ ਸਾਥ ਕਿਹੜੀ ਊਮਨ ਨੇ ਦਿੱਤਾ ਸੀ ਥੈਟ ਵਾਸ ਸਰੋਜਨੀ ਨਾਇਡੂ ਇੱਕ ਚੀਜ਼ ਹੋਰ ਇਹਨੂੰ ਵਾਈਟ ਰਿਵਰਸ ਸਤਿਆਗ੍ਰਹਿ ਕਿਉਂ ਬੋਲਿਆ ਗਿਆ ਬਿਕੋਜ਼ ਬਿਕੋਜ਼ ਉਸ ਟਾਈਮ ਜਿਹੜੇ ਸਾਰਿਆਂ ਨੇ ਕੱਪੜੇ ਪਾਏ ਹੋਏ ਸੀ ਉਹ ਕੱਪੜੇ ਕਾਹਦੇ ਪਾਏ ਸੀ ਖਾਦੀ ਦੇ ਵਾਈਟ ਕਲਰ ਦੇ ਕੱਪੜੇ ਪਾਏ ਸੀ ਖ ਸੌਰੀ ਵਾਈਟ ਰਿਵਰ ਸਤਿਆਗ੍ਰਹਿ ਵੀ ਬੋਲਿਆ ਜਾਂਦਾ ਠੀਕ ਹੈ ਬਿਲਕੁਲ ਬਿਲਕੁਲ ਸਰੋਜ ਡੋਨਟ ਵਰੀ ਜੈ ਮਾਤਾ ਦੀ 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 ਜੈ ਬਾਬੇ ਦੀ ਰਾਧਾ ਸੁਆਮੀ ਤਨ ਸਤੁਰ ਤੇਰਾ ਹੀ ਆਸਰਾ ਸਾਰਿਆਂ ਨੂੰ ਬਾਬੇ ਬਾਬੇ ਨੂੰ ਯਾਦ ਕਰ ਲਈ ਜਪ ਨਾਮ ਜਪ ਨਾਮ ਵੀ ਕਹਿੰਦੇ ਨਾ ਮੈਂ 78 ਬੰਦਿਆਂ ਨਾਲ ਸਟਾਰਟ ਕੀਤਾ ਸੀ ਸਾਬਰਮਤੀ ਤੋਂ ਓਕੇ ਸੋ ਆਪਣੇ ਕੋਲ ਇਹਦਾ ਅਨਸਰ ਕੀ ਹੈ ਸਾਬਰਮਤੀ ਤੋਂ ਸਟਾਰਟ ਕੀਤਾ ਕਿੱਥੇ ਲੈ ਕੇ ਗਿਆ ਡਾਂਡੀ ਜਾ ਕੇ ਡਾਂਡੀ ਦੇ ਵਿੱਚ ਜਾ ਕੇ ਸਮੁੰਦਰੀ ਏਰੀਆ ਦੇ ਵਿੱਚ ਜਾ ਕੇ ਮਹਾਤਮਾ ਗਾਂਧੀ ਨੇ ਸਮੁੰਦਰ ਤੋਂ ਇੱਕ ਮੁਠੀ ਵਰ ਨਮਕ ਚੱਕ ਕੇ ਦਿਖਾਇਆ ਬ੍ਰਿਟਿਸ਼ਰਸ ਨੂੰ ਵੀ ਐਦਾਂ ਅਸੀਂ ਨਮਕ ਪ੍ਰੋਡਿਊਸ ਇੰਡੀਆ ਵਿੱਚ ਕਰ ਸਕਦੇ ਆ ਸੋ ਬਾਹਰੋਂ ਲੈ ਕੇ ਆਉਣ ਦੀ ਲੋੜ ਨਹੀਂ ਐਸੇ ਕਰਕੇ ਆਹੀ ਚੀਜ਼ ਨੂੰ ਕਰਕੇ ਅੱਗੇ ਡੱਗ ਆਪਣੇ ਕੋਲ ਗਾਂਧੀ ਇਵਨ ਸਮਝੋਤਾ ਵੀ ਆਏਗਾ ਗਾਂਧੀ ਇਵਨ ਸਮਝੋਤਾ ਬੰਗਾਲੀ ਬਾਬਾ ਹਾਂ ਜੈ ਬੰਗਾਲੀ ਬਾਬਾ ਜੈ ਹਲੋ ਜੀ ਜਿਵੇਂ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਹਾਂ ਪਰ ਜੋੜੋ ਯਾਤਰਾ ਹੀ ਕਰ ਰਿਹਾ ਉਦਾਂ ਦੀ ਸੋ ਭਾਰੇ ਜਦੋਂ ਜੋੜੋ ਯਾਤਰਾ ਉਹਨਾਂ ਕੋਲ ਜੁੜ ਨਹੀਂਦਾ ਹੈ ਨਹੀਂ ਭਰਤ ਅੱਗੇ ਤੋੜਤਾ ਉਹਨਾਂ ਨੇ ਵਿਚਾਰਿਆਂ ਨੇ ਆਪ ਟੁੱਟੇ ਬੈਨੇ ਕਹੀਏ ਨੇ ਤਾਂ ਚਲੋ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਚੂਸ ਦਾ ਕੋਰੈਕਟ ਆਪਸ਼ਨ ਵਿਦ ਅ ਰਿਸਪੈਕਟ ਟੂ ਦੀ ਰਾਉਂਡ ਟੇਬਲ ਕਾਨਫਰੰਸਿਸ ਹੈਡ ਇਨ 1930 1930 ਕਹਿੰਦਾ 30 31 32 ਦੇ ਵਿੱਚ ਕੁਝ ਕਾਨਫਰੰਸਿਸ ਹੋਈਆਂ ਉਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ ਹੁਣ ਪਹਿਲਾਂ ਮੈਂ ਬੋਲੂਗਾ ਤੇ ਆਨਾਂ ਸੁਣ ਲੈਣਾ ਕਹਿੰਦੇ ਮਹਾਤਮਾ ਗਾਂਧੀ ਟੁਕ ਪਾਰਟ ਇਨ ਦਾ ਥਰਡ ਰਾਉਂਡ ਟੇਬ ਲੋਡ ਰੀਡਿੰਗ ਜਿਹੜੇ ਸੀ ਉਹ ਵਾਇਸ ਰాయ ਸੀ ਜਦੋਂ ਪਹਿਲੀ ਕਾਂਗਰਸ ਕੰਫਰੰਸ ਸੈਲਰੀ ਸੀ ਫਸਟ ਰਾਉਂਡ ਵਾਲੀ ਕੰਫਰੰਸ ਸੈਲਰੀ ਸੀ ਥੈਨ ਉਹਦੇ ਤੋਂ ਬਾਅਦ ਆਪਣੇ ਕੋਲ ਕਾਂਗਰਸ ਜਨੇ ਪਾਰਟਿਸਪੇਟ ਕੀਤੀ ਆ ਤਿੰਨੋਂ ਦੀ ਤਿੰਨੋਂ ਕੰਫਰੰਸ ਕਾਂਗਰਸ ਪਾਰਟੀ ਨੇ ਪਾਰਟਿਸਪੇਟ ਕੀਤੀ ਆ ਚੌਥੀ ਡਾਕਟਰ ਬੀ ਆਰ ਅੰਬੇਦਕਰ ਪਾਰਟਿਸਪੇਟ ਕਰਦੇ ਆ ਤਿੰਨੋਂ ਤਿੰਨੋਂ ਕੰਫਰੰਸ ਜਲਦੀ ਜਲਦੀ ਮੈਨੂੰ ਕਮੈਂਟ ਕਰਕੇ ਦੱਸੋ ਕਿਹੜੀ ਸਟੇਟਮੈਂਟ ਬਿਲਕੁਲ ਸਹੀ ਹੈ ਸਰੋਜਨੀ ਨਾਇੜੂ ਨਾਲ ਕੀ ਰਿਲੇਸ਼ਨ ਸੀ ਮਹਾਤਮਾ ਗਾਂਧੀ ਦਾ ਜੀਪੀਐਸ ਵਾਗੇਵਾਲਾ ਬਲੋਕ 3 ਨੰਬਰ ਦੇਖੋ ਤੁਸੀਂ ਐਦਾਂ ਹੁਣ ਪੁੱਛੋਗੇ ਵੀ ਸਰੋਜ ਨਾਡੂ ਕੀ ਲੱਗਦੀ ਸੀ ਮਹਾਤਮਾ ਗਾਂਧੀ ਦੀ ਮੈਂ ਮਹਾਤਮਾ ਗਾਂਧੀ ਕੋਲ ਬੈਠਾਤਾ ਸੀ ਕੱਲ ਰਾਤ ਹੀ ਬੈਠੇ ਸੀ ਅਸੀਂ ਹਨਾ ਕਿਹੜੀ ਬੋਤਲ ਲੈ ਕੇ ਬੈਠੇ ਸੀ ਓ ਕੇਨ ਦੀ ਓ ਕੇਨ ਦੀ ਬੋਤਲ ਕੱਲ ਰਾਤ ਹੀ ਲੈ ਕੇ ਬੈਠੇ ਸੀ ਮਹਾਤਮਾ ਗਾਂਧੀ ਨਾਲ ਵੀ ਅਸੀਂ ਕਿਹਾ ਚਲੋ ਮਹਾਤਮਾ ਗਾਂਧੀ ਜੀ ਪੈਗ ਬੋ ਤੁਸੀਂ ਲਾ ਹੀ ਲੈਂਦੇ ਹੋ ਅਸੀਂ ਵੀ ਅੱਜ ਤੁਹਾਡੇ ਕੋਲ ਬੈਠਾਂਗੇ ਤੁਹਾਡੇ ਵਾਸਤੇ ਅਸੀਂ ਬੋਤਲ ਲੈ ਕੇ ਆਂਗੇ ਬਟ ਸਾਨੂੰ ਸਾਰੀ ਕਹਾਣੀ ਦੱਸੋ ਭਾਜੀ ਉਹਨਾਂ ਨੇ ਚੰਗੇ ਪੈਗ ਲਾਏ ਕਿ ਆ ਜਾਂਦਾ ਚੰਗੇ ਪੈਗ ਲਾਏ ਬਟ ਉਹਨਾਂ ਨੇ ਦੱਸਿਆ ਕੁਝ ਨਹੀਂ ਕੋਸ਼ਿਸ਼ ਨਹੀਂ ਦੱਸਿਆ ਸੋਰੀਨਨੋ ਕੀ ਸੰਬੰਧੀ ਸੋ ਆਪਾਂ ਉਹਦੇ ਬਾਰੇ ਕੁਝ ਨਹੀਂ ਬੋਲ ਸਕਦੇ ਜੇ ਮੈਂ ਬੋਲਾਂਗਾ ਤਾਂ ਮੈਨੂੰ ਅੱਜ ਫਿਰ ਫੜ ਲੈਣਾ ਮਾਹਤਵਾ ਕਹਿੰਦੇ ਨੇ ਠੀਕ ਹੈ ਠੀਕ ਹੈ ਬਾਬਾ ਐਨਾ ਖੇੜਾ ਕੀ ਨਾਮ ਹੈ ਤੁਹਾਡਾ ਐਦਾਂ ਦੇ ਕਮੈਂਟ ਨਾ ਕਰੋ ਚਲੋ ਇੱਥੇ ਨਾ ਪਖਤ ਬਹੁਤ ਬੈਠੇ ਆ ਵੇਖ ਲਓ ਅੱਗੇ ਚਲਦੇ ਹਾਂ ਨੈਕਸਟ ਅੱਛਾ 30 ਜਨਵਰੀ 30 ਜਨਵਰੀ 30 ਜਨਵਰੀ 30 ਜਨਵਰੀ 30 ਜਨਵਰੀ ਇੱਕ ਡੇਟ ਸੇਵ ਕਰ ਲਓ ਆਪਣੇ ਫੋਨ ਦੇ ਵਿੱਚ 30 ਜਨਵਰੀ 2023 ਨੂੰ ਆਪਣੇ ਪੰਜਾਬ ਸਟੇਟ ਦਾ ਇੱਕ ਸਪੈਸ਼ਲ ਬੈਚ ਇੱਕ ਸਪੈਸ਼ਲ ਬੈਚ ਸਟਾਰਟ ਹੋਣ ਜਾ ਰਿਹਾ ਹੈ ਉਹ ਪੰਜਾਬ ਦੇ ਸਟੇਟ ਦਾ ਸਪੈਸ਼ਲ ਬੈਚ ਇੰਨਾ ਹੀ ਜ਼ਿਆਦਾ ਅੱਛਾ ਰਹਿਣ ਵਾਲਾ ਹੈ ਇੰਨਾ ਹੀ ਜ਼ਿਆਦਾ ਅੱਛਾ ਰਹਿਣ ਵਾਲਾ ਤੁਹਾਡੇ ਲਈ ਵੀ ਆਉਣ ਵਾਲੇ ਜਿਹੜੇ ਵੀ ਇਗਜ਼ਾਮ ਹੈ ਪੰਜਾਬ ਸਟੇਟ ਦੇ ਉਹਦੇ ਬਾਅਦ ਦੁਬਾਰਾ ਮੌਕਾ ਨਹੀਂ ਮਿਲਣਾ ਇਹ ਆਖਰੀ ਚਾਂਸ ਹੈ ਬਿਲਕੁਲ ਆਖਰੀ ਚਾਂਸ ਹੈ ਉਤੋ ਆਪਣੇ ਜਿਹੜੇ ਅਰੋੜਾ ਕਲਾਸਿਸ ਲੋ ਜਿਹੜਾ ਬੈਸਟ ਵਾਲੇ ਹੋਣ ਜਾ ਰਿਹਾ ਹੈ ਇਹ ਵਾਲਾ ਬੈਚ एनी नोमीनल कोर्स रखा गया ऑनलाइन से ऑफलाइन दोनों मोड से थोड़ा मिल जाएगा बड़ी ही नोमिनल कोर्स नोमिनल कोर्स कि नोमिनल कोर्स पूरा बैच छे महीने की वैलिडिटी सिर्फ न सिर्फ बारह सौ रुपए सोच के देख लो यार एनी नोमीनल कोर्स दैट मीनस इतने प्रोफिट नहीं जनरेट करने की कोशिश की जा रही तो रिजल्ट की कोशिश है सो सोच के देखो साोकस रहेगा आ वाले बैच उपर रिजल्ट लैन लाद फोकस रहना बहुत अच्छा फोकस रहेगा रिजल्ट लो जिन्ह ने ज्वाइन करना है 30th ਆਫ ਜਨ ਤੁਸੀਂ ਬੈਚ ਜੁਆਇਨ ਕਰ ਸਕਦੇ ਹੋ ਤੁਹਾਡੇ ਕੋਲ ਹੁਣੇ ਹੀ ਆਪਸ਼ਨ ਹੈ ਤੁਸੀਂ ਡਾਇਰੈਕਟਲੀ ਐਪਲੀਕੇਸ਼ਨ ਤੇ ਜਾਓ ਉੱਥੋਂ ਬੈਚ ਜੁਆਇਨ ਕਰੋ 1500 ਕੋਸਟ ਹੋਏਗੀ ਇੱਕ ਛੋਟਾ ਜਿਹਾ ਕੰਮ ਕਰਨਾ ਪਏਗਾ ਮਿੱਤਰਾ ਦਾ ਨਾਮ ਚੱਲਦਾ ਹੈ ਨਾ ਸੋ ARC123 ਐਦਾ ਇੱਕ ਕੂਪਨ ਕੋਡ ਯੂਜ਼ ਕਰਨਾ ਸਿਰਫ 1200 ਰੁਪਏ ਦੇ ਪੂਰਾ ਬੈਚ ਮੈਂ ਫਿਰ ਕਹਿ ਰਿਹਾ 6 ਮਹੀਨੇ ਦੀ ਇਹ ਵੈਲਿਡਿਟੀ ਹੋਏਗੀ 6 ਮੰਥਸ ਦੀ ਵੈਲਿਡਿਟੀ ਹੋਏਗੀ 6 ਮਹੀਨੇ ਇਹ ਵਾਲਾ ਬੈਚ ਤੁਹਾਡੇ ਕੋਲ ਰਹੇਗਾ ਆਉਣ ਵਾਲੇ ਸੋ ਪੰਜਾਬ ਸਟੇਟ ਦੇ ਹਰ ਪੇਪਰ ਵਾਸਤੇ ਹਰ ਪੇਪਰ ਵਾਸਤੇ ਸਪੈਸ਼ਲ ਆਫਰ ਹੈ ਇਟਸ ਅ ਲਾਸਟ ਚਾਂਸ ਫੁੱਲ ਬੈਚ ਇਨ ਜਸਟ 1200 ਓਨਲੀ ਓਨਲੀ 1200 ਠੀਕ ਹੈ ਚਲੋ ਜਿਆਦਾ ਮੈਂ ਨਹੀਂ ਦੱਸਾ UGC NET ਦਾ ਬੈਚ ਇਹਨਾਂ ਨੇ ਲੈਣਾ ਹੈ UGC NET ਦਾ ਬੈਚ ਲੈ ਸਕਦੇ ਹੋ ਸਿਰਫ ਤੇ ਸਿਰਫ 2200 ਕੋਰਸ 2500 ਕੋਰਸ ਕਰੀ ਹੋਈ ਆ ਪੈਂਦੀ ਸੋ 2500 ਦੀ ਬਜਾਏ ਤੁਸੀਂ 300 ਰੁਪਏ ਕੋਪਨ ਕੋਡ ਲਗਾਓਗੇ ਡਿਕਰੀਜ਼ ਹੋ ਜਾਏਗਾ ARC 123 ਓਕੇ ਚਲੋ ਕੋਪਨ ਕੋਡ ਤੁਹਾਡੇ ਸਾਹਮਣੇ ਹੈ ਨੈਕਸਟ ਚਲਦੇ ਆ ਨੈਕਸਟ ਅਰੇਂਜ ਦਾ ਫੋਲੋਇੰਗ ਮੂਮੈਂਟਸ ਆਫ ਮਹਾਤਮਾ ਗਾਂਧੀ ਇਨ ਰਾਈਟ ਆਰਡਰ ਫਰਮ ਦਾ ਬਿਗਨਿੰਗ ਮਹਾਤਮਾ ਗਾਂਧੀ ਦੇ ਆਰਡਰ ਦੇ ਵਿੱਚ ਲਗਾਓ ਚੰਪਾਰਨ ਅਹਿਮਦਾਬਾਦ ਖੇੜਾ ਨਨ ਕੋਆਪਰੇਸ਼ਨ ਮੂਵਮੈਂਟ ਫਿਰ ਅਹਮਦਾਬਾਦ ਚੰਪਾਰਨ ਖੇੜਾ ਨਨ ਕੋਆਪਰੇਸ਼ਨ ਖੇੜਾ ਚੰਪਾਰਨ ਅਹਮਦਾਬਾਦ ਨਨ ਕੋਆਪਰੇਸ਼ਨ ਨਨ ਕੋਆਪਰੇਸ਼ਨ ਚੰਪਾਰਨ ਖੇੜਾ ਅਹਮਦਾਬਾਦ ਜਲਦੀ 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 ਤੂੰ ਸੀਕੁਐਂਸ ਦੇ ਵਿੱਚ ਲਗਾਓ ਫੁੱਲ ਸਪੀਡ ਦੇ ਆਨਸਰ ਜਨਾ ਏ ਏ ਏ ਏ ਆਣਾ ਸਟਾਰਟ ਹੋਇਆ ਸੋ ਸਭ ਤੋਂ ਪਹਿਲਾਂ ਤਾਂ ਦੇਖੋ ਆਪਾਂ ਨੂੰ ਪਤਾ ਇਹਦੇ ਚਾਰ ਚੀਜ਼ਾਂ ਨੇ ਨਾ ਨਾ ਬਿਲਕੁਲ ਇਹਦੇ ਚਾਰ ਚੀਜ਼ਾਂ ਨੇ ਤੋਂ ਇਹਦੇ ਚਾਰ ਚੀਜ਼ਾਂ ਨੇ ਚੰਪਾਰਨ ਖੇੜਾ ਅਹਮਦਾਬਾਦ ਤੇ ਨੋਨ ਕੋਪਰੇਸ਼ਨ ਤੁਹਾਨੂੰ ਪਤਾ ਇੱਕ 1917 ਵਿੱਚ ਹੋਇਆ ਦੋ 18 ਵਿੱਚ ਹੋਇਆ ਇੱਕ 20 ਵਿੱਚ ਹੋਇਆ ਸੋ ਚੰਪਾਰਨ ਸਤਿਗੁਰ 1900 ਕਿਹੜੇ ਸਾਲ ਜੋ ਹੈ 17 ਦੇ ਵਿੱਚ ਸਭ ਤੋਂ ਪਹਿਲਾਂ ਚੰਪਾਰਨ ਹੀ ਆਏਗਾ ਸੋ ਸਭ ਤੋਂ ਪਹਿਲਾਂ ਚੰਪਾਰਨ ਬਿਆ ਇੱਕ ਆਪਸ਼ਨ ਦੇ ਵਿੱਚ ਇਹ ਆਪਸ਼ਨ ਦੇ ਵਿੱਚ ਦੇਖਣ ਦੀ ਲੋੜ ਨਹੀਂ ਚੱਕ ਕੇ ਫਟ ਚੱਕ ਦੋ ਦਬਿ ਲੋ ਕੇ ਲਈ ਇਹ ਅਨਸਰਸ ਆਪਣੇ ਕੋ ਸਿੱਧਾ ਸਿੱਧਾ ਅਨਸਰ ਆ ਜਾਏਗਾ ਬਿਲਕੁਲ ਕਹਿੰਦੇ ਸਾਡੀ ਵਾਰ 3000 ਦਾ ਬੈਚ ਸੀ ਹੁਣ ਸਿਰਫ ਤੇ ਸਿਰਫ 1200 ਦਾ ਪੂਰਾ ਬੈਚ 1200 ਚ ਮਿਲ ਰਿਹਾ ਪੂਰਾ ਬੈਚ ਫੁੱਲ ਬੈਚ ਮੈਂ ਫਿਰ ਦਿਖਾ ਦੇਣਾ ਚਾਹਣਾ ਤੁਹਾਨੂੰ ਫੁੱਲ ਬੈਚ ਤੋਂ 30 ਜਨਵਰੀ ਤੋਂ ਆਪਣਾ ਪੰਜਾਬ ਸਿਟੀ ਦਾ ਇੱਕ ਸਪੈਸ਼ਲ ਜਿਹੜਾ ਬੈਚ ਸਟਾਰਟ ਹੋਣ ਜਾ ਰਿਹਾ ਹੈ ਮੈਂ ਫਿਰ ਕਹਿ ਰਿਹਾ ਐਨਾ ਜਿਆਦਾ ਅੱਛਾ ਬੈਚ ਰਹੇਗਾ ਐਨਾ ਨੋਮੀਨਲ ਕੋਸ ਦੇ ਉੱਪਰ ਆਨਲਾਈਨ ਆਫਲਾਈਨ ਦੋਨੋਂ ਮੋੜੇ ਤੁਹਾਨੂੰ ਬੈਚ ਮਿਲੇਗਾ ਜੇ ਅਗਰ ਤੁਸੀਂ ਆਨਲਾਈਨ ਲਗਾਣਾ ਚਾਹੁੰਦੇ ਹੋ ਘਰ ਬੈਠੇ ਲਗਾਓ ਅਗਰ ਆਫਲਾਈਨ ਲਗਾਣਾ ਚਾਹੁੰਦੇ ਹੋ ਆਫਲਾਈਨ ਲਗਾਓ ਸੋ ਆਫਲਾਈਨ ਬਠਿੰਡਾ ਆ ਕੇ ਲਗਾਣਾ ਪਵੇਗਾ ਆਨਲਾਈਨ ਓਨਲੀ 30 ਜਨਵਰੀ ਬੈਸਟ ਹੈ ਸਿਰਫ ਤੇ ਸਿਰਫ 1206 ਮਹੀਨੇ ਦੀ ਵੈਲਿਡਿਟੀ ਨਾਲ ਪੰਜਾਬ ਸਟੇਟ ਦਾ ਬੈਚ ਹੈ 6 ਮਹੀਨੇ ਦੀ ਵੈਲਿਡਿਟੀ ਨਾਲ ਤੁਸੀਂ ਐਪਲੀਕੇਸ਼ਨ ਇੰਸਟਾਲ ਕਰਨੀ ਹੈ ਰੋਡਾ ਗਲਾਸਿਸ ਜਸ ਤੋਂ ਤੇ 1500 ਰੁਪਏ ਦਾ ਬੈਚ ਪਿਆ ਹੋਏਗਾ ਕਿੰ ਆ ਤੁਹਾਡੇ ਸਾਹਮਣੇ ਬੈਚ ਆ ਜਾਏਗਾ ਓਨਲੀ 1200 ਦਾ ਪੂਰੇ ਪੰਜਾਬ ਸਟੇ ਦੇ ਅਪਕਮਿੰਗਸ ਆਉਗੇ ਠੀਕ ਹੈ ਚਲੋ ਅੱਗੇ ਆਪਾਂ ਚਲਦੇ ਹਾਂ ਨੈਕਸਟ ਅਰੇਂਜ ਦਾ ਫੋਲੋਇੰਗ ਮੂਵਮੈਂਟਸ ਦੁਆਰਾ ਕੁਸ਼ਨ ਆ ਗਿਆ ਸੋਰੀ ਚਲੋ ਸੋਰੀ 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 ਸ਼ਕਤੀਮਾਨ ਕੁਸ਼ਨ ਦੁਆਰਾ ਆ ਗਿਆ ਅਗੇ ਹੂ ਗੇਵ ਦਾ ਫਾਦਰ ਆਫ ਦੀ ਨੇਸ਼ਨ ਟਾਈਟਲ ਟੂ ਮਹਾਤਮਾ ਗਾਂਧੀ ਸੋ ਮਹਾਤਮਾ ਗਾਂਧੀ ਨੂੰ ਕੁਝ ਟਾਈਟਲ ਮਿਲੇ ਆ ਕਿਹੜੇ-ਕਿਹੜੇ ਮਿਲੇ ਜੀ ਪਹਿਲਾ ਮਿਲੇ ਮਹਾਤਮਾ ਦਾ ਦੂਜਾ ਮਿਲੇ ਫਾਦਰ ਆਫ ਨੇਸ਼ਨ ਦਾ ਕਿਹੜਾ ਮਿਲਾ ਫਾਦਰ ਆਫ ਨੇਸ਼ਨ ਦਾ ਫਾਦਰ ਆਫ ਨੇਸ਼ਨ ਤੇ ਤੀਸਰਾ ਆਪਾਂ ਨੂੰ ਮਿਲਿਆ ਹਾਫ ਨੇਕਡ ਬੈਗਰ ਅਰਧ ਨੰਗ ਭਿਖਾਰੀ ਹਾਫ ਨੇਕਡ ਬੈਗਰ ਮਿਲਿਆ ਅਰਧ ਨੰਗ ਭਿਖਾਰੀ ਮਿਲਿਆ ਥੈਨ ਉਹਦੇ ਤੋਂ ਬਾਅਦ ਲਾਸਟ ਆਪਣਾ ਜਿਹੜਾ ਟਾਈਟਲ ਮਿਲਿਆ ਉਹ ਮਿਲਿਆ ਕੇਸਰੇ ਹਿੰਦ ਦਾ ਜਿਹੜਾ ਕਿ ਉਹਨਾਂ ਨੇ ਵਾਪਿਸ ਕਰਤਾ ਸੀ ਕਦੋਂ ਵਾਪਿਸ ਕਰਿਆ ਆਫਟਰ ਦੀ ਜਲੀਆਂਵਾਲਾ ਬਾਗ ਇਨਸੀਡੈਂਟ ਸੋ ਆਪਣੇ ਸਾਹਮਣੇ ਜੀ ਕੇ ਗੋਖਲੇ ਕਰਿਆ ਸਰ ਪਲੀਜ਼ ਦੱਸੋ ਕਿ ਤੁਹਾਡਾ ਤਾਂ कमेंट्स बहुत अच्छी स्पीड से चलते रहते तो भी पता है बट पढ़े नहीं जाते सारे, सारे हाँ मेरी तो पुनीत सर की क्लास जल्दी स्टार्ट होगी बड़ी जल्दी लेके आवान बड़ा जल्दी ऑफलाइन भी नहीं ऑफलाइन बा, नहीं बारह सौ ऑफलाइन नहीं बारह सौ चलो सो so, अंसौर की रहेगा अंसोर अपने फादर ऑफ द नेशन कि पता कि पता ही नहीं फादर ऑफ द नेशन के फर्क नहीं पता ਹੁਣ ਮੈਂ ਦੱਸਾਂ ਕਿਨੇ ਜੀ ਰਾਸ਼ਟਰ ਪਿਤਾ ਕਿਹ ਅਸਰ ਰਾਸ਼ਟਰ ਪਿਤਾ ਦਾ ਸਾਨੂੰ ਪਤਾ ਹੈ ਕੀ ਪਤਾ ਹੈ ਰਾਸ਼ਟਰ ਪਿਤਾ ਸਾਨੂੰ ਪਤਾ ਹੈ ਉਹ ਕਮਲਿਓ ਰਾਸ਼ਟਰ ਕੀ ਹੁੰਦਾ ਨੇਸ਼ਨ ਪਿਤਾ ਕੀ ਹੁੰਦਾ ਫਾਦਰ ਸੋ ਰਾਸ਼ਟਰ ਪਿਤਾ ਫਾਦਰ ਔਰ ਨੇਸ਼ਨ ਇੱਕੋ ਹੀ ਚੀਜ਼ ਹੈ ਸੋ ਉਹ ਕਿਹਾ ਸੀ ਸੁਭਾਸ਼ ਚੰਦਰ ਬੋਸ ਜੀ ਨੇ ਸੁਭਾਸ਼ ਚੰਦਰ ਬੋਸ ਮਹਾਤਮਾ ਕਿਨੇ ਕਿਹਾ ਅਰਬਿੰਦਰਨਾਥ ਟੈਗੋਰ ਜੀ ਨੇ ਹਾਫ ਨੇਗ ਬੈਗਰ ਕਿਨੇ ਕਿਹਾ ਵਿਨਸਟਨ ਚਰਚਿਲ ਨੇ ਕਿਨੇ ਕਿਹਾ ਵਿਨਸਟਨ ਚਰਚਿਲ ਜੋ ਪ੍ਰਧਾਨ ਮੰਤਰੀ ਸੀ ਦਰ ਕੇਸਰੇ ਹਿੰਦੂ ਉਪਾਧੀ ਕਿਨੇ ਦੀ ਲੋਰਡ ਹਾਰਡਿੰਗ ਨੇ ਕਿਨੇ ਦੀ ਲੋਰਡ ਹਾਰਡਿੰਗ ਨੇ ਸੋ ਇੱਥੇ ਆਨਸਰ ਆਏਗਾ ਸੁਭਾਸ਼ ਚੰਦਰ ਬੋਸ ਕੀ ਆਏਗਾ ਸੁਭਾਸ਼ ਚੰਦਰ ਬੋਸ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਅਗਲਾ ਕੁਐਸਚਨ ਤੁਹਾਡੇ ਸਾਹਮਣੇ ਪੰਜਾਬ ਜੀ ਕੇ ਵੀ ਕਰਵਾ ਦਿਓ ਪਲੀਜ਼ ਸੁਜੀਤ ਕੋਰ ਇੰਡੀਅਨ ਨੈਸ਼ਨਲ ਮੂਵਮੈਂਟ ਦਾ ਪੋਲੀਟੀ ਪੋਲੀਟ ਦਾ ਪੰਜਾਬ ਜੀ ਕੇ ਇਹ ਤਿੰਨੋਂ ਸੀਕੁਐਂਸ ਚ ਚਲਣੀ ਹੈ ਸੋ ਸੀਰੀਜ਼ ਨੂੰ ਮਿਸ ਨਾ ਕਰਨਾ ਮਹਾਰਾਜਾ ਸੀਰੀਜ਼ ਦਾ ਨਾਮ ਐਦਾਂ ਮਹਾਰਾਜਾ ਨਹੀਂ ਰੱਖਿਆ ਗਿਆ ਮੈਂ ਖੁਦ ਅੱਜ ਤੁਹਾਨੂੰ ਸਿੱਧਾ ਸਿੱਧਾ ਕਹਿ ਰਿਹਾ ਪੇਪਰ ਦੇ ਵਿੱਚ ਸਭ ਕੁਝ ਕਰਵਾਏ ਦੇ ਵਿੱਚੋਂ ਆਏਗਾ ਸੋ ਜਿਹੜਾ ਸੀਰੀਜ਼ ਪੂਰੀ ਕਰ ਲੇਗਾ ਬੱਲੇ ਬੱਲੇ ਹੋ ਜਾਏਗੀ ਪੇਪਰ ਦੇ ਵਿੱਚ ਠੀਕ ਹੈ ਸੋ ਆਪਣੇ ਕੋਲ ਹੈ ਇ ਸੋ ਸਤਿਆਗ੍ਰਹਿ ਆਸ਼्रम ਹਾ ਇਹ ਵਾਲਾ ਕਨਸੈਪਟ ਕਾਫੀ ਯਾਰ ਨਹੀਂ ਸੁਨਾ ਹੋਣਾ ਸੋ ਇਹਦੇ ਬਾਰੇ ਵੀ ਸੁਣਨਾ ਸਤਿਆਗ੍ਰਹਿ ਆਸ਼्रम ਬਣਾਇਆ ਮਹਾਤਮਾ ਗਾਂਧੀ ਨੇ ਉਹ ਕਿਹੜੇ ਸਾਲ ਦੇ ਵਿੱਚ ਬਣਾਇਆ 1941 26 15 ਤੇ 32 ਕਿਹੜੇ ਸਾਲ ਦੁਣਾ ਸਰ 2 ਜਨਵਰੀ ਵਾਲੇ ਬੈਚ ਚ ਪੰਜਾਬੀ ਦੀ ਕਲਾਸ ਕਦੋਂ ਸ਼ੁਰੂ ਹੋਵੇਗੀ ਅਨਮੋਲ ਪ੍ਰੀਤ ਜਲਦੀ ਹੋ ਜੇਗੀ ਜਲਦੀ ਹੌਸਲਾ ਰੱਖਿਆ ਕਰੋ ਬਸ 2 ਜਨਵਰੀ ਦਾ ਬੈਚ ਹੁਣ 2 ਜਨਵਰੀ ਨੂੰ ਸਟਾਰਟ ਹੋਇਆ ਮੁਸ਼ਕਿਲਾਂ ਉਹਦੇ ਚ ਆਪਣੀਆਂ 4-5 ਕਲਾਸਾਂ ਜੌੜੇ ਚੱਲ ਰਹੀਆਂ ਨੇ ਪੰਜਾਬੀ ਵੀ ਐਡ ਹੋ ਹੋ ਜੇਗੀ ਪੰਜਾਬ ਜੀ ਕੇ ਵੀ ਸਟਾਰਟ ਕਰ ਦਿਆਂਗੇ ਮਨਦੀਪ ਕੋਰ ਸਭ ਕਰਾਂਗੇ ਇੰਡੀਅਨ ਨੈਸ਼ਨਲ ਮੂਵਮੈਂਟ ਦੇ ਬਾਰੇ ਪੋਲੀਟੀ ਪੋਲੀਟੂ ਆਪਾਂ ਪੰਜਾਬ ਜੀ ਕੇ ਤਿੰਨ ਪੋਰਸ਼ਨ ਮੈਂ ਕਰਵਾਉਂਗਾ ਤੁਹਾਨੂੰ ਇੱਥੇ ਹੀ ਐਮਸੀਕਿਊਜ਼ ਦੀ ਫਾਰਮੈਟ ਸੋ 1915 1915 ਬਿਲਕੁਲ 1915 ਸੋ ਐਕਚੁਅਲ ਦੇ ਵਿੱਚ ਤੁਸੀਂ ਟੁੱਕਾ ਤਾਂ ਵਧੀਆ ਲਗਾ ਦਿੱਤਾ ਹੋਏਗਾ ਸਤਿਆਗ੍ਰਹਿ ਆਸ਼ਰਮ ਜਿਹੜਾ ਸਟਾਰਟ ਹੋਇਆ ਸੀ ਉਹ ਕਿੱਥੇ ਖੋਲਿਆ ਸੀ ਉਹ ਖੋਲਿਆ ਸੀ ਡਾਂਡੀ ਦੇ ਵਿੱਚ ਕਿੱਥੇ ਡਾਂਡੀ ਦੇ ਵਿੱਚ ਇਹੀ ਸਤਿਆਗ੍ਰਹਿ ਆਸ਼ਰਮ ਦਾ ਨਾਮ ਚੇਂਜ ਕਰ ਦਿੱਤਾ ਗਿਆ ਤੇ ਡਾਂਡੀ ਤੋਂ ਇਹਨਾਂ ਨੂੰ ਕਿੱਥੇ ਲੈ ਗਏ ਇਹਨੂੰ ਲੈ ਗਏ ਆਪਾਂ ਸਤਿਆਗ੍ਰਹਿ ਆਸ਼ਰਮ ਨੂੰ ਸਾਬਰ ਤੇ 1917 ਦੇ ਵਿੱਚ ਇਹਦਾ ਨਾਮ ਰੱਖ ਦਿੱਤਾ ਗਿਆ ਸਾਬਰਮਤੀ ਆਸ਼ਮ ਸੋ ਪੁਰਾਣਾ ਨਾਮ ਇਹਦਾ ਕੀ ਸੀ ਪੁਰਾਣਾ ਨਾਮ ਇਹਦਾ ਸੀ ਆਪਣੇ ਕੋਲ 1915 ਵਿੱਚ ਸਤਿਆਗੁਰ ਆਸ਼ਰਮ ਇਹਦਾ ਡਾਂਡੀ ਆਸ਼ਰਮ ਤੇ ਹੁਣ ਇਹਨੂੰ ਕੀ ਕਹਿੰਨੇ ਆਪਾਂ ਹੁਣ ਆਪਾਂ ਇਹਨੂੰ ਕਹਿੰਨੇ ਆ ਅਸੀਂ ਡੀ ਆਪਸ਼ਨ ਤਾਂ ਲੈ ਕੇ ਨਹੀਂ ਆਉਂਦੇ ਜੀ 1932 ਹਾਂ ਉੱਥੇ ਦਾ ਅਰੈਸਟ ਸੀ ਹਨਾ ਚਲ ਚਲੋ ਅੱਗੇ ਚੱਲ ਜੇ ਜਦੋਂ ਮਹਾਤਮਾ Gandhi India ਵਾਪਸ ਆਇਆ ਸੀ ਬਿਲਕੁਲ 1915 ਵਿੱਚ ਬਾਅਦ ਵਿੱਚ ਇਹ ਹੀ ਸਾਬਰਮਤੀ ਬਣਿਆ ਬਿਲਕੁਲ ਜੀ ਆਰ ਕੇ ਵਿੱਚ ਨਹੀਂ ਆ ਹੀ ਸਾਬਰਮਤੀ ਬਣਿਆ ओके okay, सो so अगला क्वेश्चन है 12वां क्वेश्चन व्हिच ऑपरेशन वाज लॉन्च्ड बाय द ब्रिटिशर्स ड्यूरिंग द अगस्त मूवमेंट सो so, अगस्त मूवमेंट चली थी अगस्त मूवमेंट ਨੂੰ ਆਪਾਂ ਕੁਇਟ ਇੰਡੀਆ ਮੂਵਮੈਂਟ ਕਹਿੰਦੇ ਆ ਭਾਰਤ ਛੋਡੋ ਅੰਦੋਲਨ ਕਹਿੰਦੇ ਆ ਸੋ ਪੇਪਰ ਦੇ ਵਿੱਚ ਐਦਾ ਦੀ ਵਰਡਿੰਗ ਯੂਜ਼ ਕੀਤੀ ਜਾ ਸਕਦੀ ਹੈ ਕੁਇਟ ਇੰਡੀਆ ਮੂਵਮੈਂਟ ਭਾਰਤ ਛੱਡੋ ਅੰਦੋਲਨ ਸੋ ਭਾਰਤ ਛੱਡੋ ਅੰਦੋਲਨ ਦੇ ਵਿੱਚ ਦੋ ਨਾਅਰੇ ਦੀ ਵਰਤੋਂ ਕੀਤੀ ਗਈ ਇੱਕ ਤਾਂ ਭਾਰਤ ਛੱਡੋ ਨਾਅਰਾ ਤੇ ਦੂਜਾ ਆਪਣੇ ਕੋਲ ਨਾਅਰਾ ਕਿਹੜਾ ਲਗਾਇਆ ਗਿਆ ਦੂਜਾ ਨਾਅਰਾ ਉਹਨਾਂ ਨੇ ਯੂਜ਼ ਕੀਤਾ ਡੂ অর ਡਾਈ ਕਰੋ ਯਾ ਮਰੋ ਕਰੋ ਜਾਂ ਮਰੋ ਤੇ ਭਾਰਤ ਛੱਡੋ ਅੰਦੋਲਨ ਦੇ ਵਿੱਚ ਭਾਰਤ ਛੱਡੋ ਦੋਨਾਂ ਨਾਅਰਿਆਂ ਦੀ ਵਰਤੋਂ ਕੀਤੀ ਗਈ ਸੋ ਕੁਇਟ ਇੰਡੀਆ ਮੂਵਮੈਂਟ 8 ਅਗਸਤ 1942 ਨੂੰ ਸਟਾਰਟ ਹੋਈ ਸੀ 8 ਅਗਸਤ 1942 ਨੂੰ ਆਪਾਂ ਮਹਾਤਮਾ ਗਾਂਧੀ ਜੀ ਨੇ ਆਪਰੇਸ਼ਨ ਚਲਾਇਆ ਸੀ ਉਹ ਆਪਰੇਸ਼ਨ ਦਾ ਨਾਮ ਸੀ ਥੰਡਰ ਬੋਲਟ ਕਿਹੜਾ ਜੀ ਥੰਡਰ ਬੋਲਟ ਕਾਫੀ ਮੁੰਡੇ ਕਹਿੰਦੇ ਹੋਣਗੇ ਸਿਰ ਥੰਡਰ ਬੋਲਟ ਸਿਰ ਥੰਡਰ ਬੋਲਟ ਤੁਹਾਨੂੰ ਬੜਾ ਪਤਾ ਹੈ ਹਨਾ ਸੋ ਥੰਡਰ ਬੋਲਟ ਆਪਰੇਸ਼ਨ ਆਪਣੇ ਇੰਡੀਅਨਸ ਨੇ ਚਲਾਇਆ ਅਗਸਤ ਕ੍ਰਾਂਤੀ ਮੈਦਾਨ ਜੀ ਨੂੰ ਅਜ ਦੇ ਟਾਈਮ ਦੇ ਕਹਿੰਦੇ ਆ ਗਵਾਲੀਅਰ ਟ ਮੁੰਬਈ ਦੇ ਵਿੱਚ ਵਾਰਦਾ ਜਗ੍ਹਾ ਤੇ ਵਾਰਦਾ ਪ੍ਰਪੋਜ਼ਲ ਇਹਨੂੰ ਕਿਹਾ ਜਾਂਦਾ ਹੈ ਮੁੰਬਈ ਦੇ ਵਿੱਚ ਵਾਰਦਾ ਜਗ੍ਹਾ ਤੇ ਸਾਰੀ ਜੰਦਾ ਇਕੱਠੇ ਹੁੰਦੀ ਹੈ ਨਾਰੇਬਾਜੀ ਕਰਦੀ ਹੈ ਉਹਨੂੰ ਰੋਕਣ ਵਾਸਤੇ ਇੱਕ ਬ੍ਰਿਟਿਸ਼ਰਜ਼ ਨੇ ਆਪਦੇ ਵੱਲੋਂ ਆਪਰੇਸ਼ਨ ਸਟਾਰਟ ਕੀਤਾ ਆਪਰੇਸ਼ਨ ਥੰਡਰਬੋਲਟ ਜਾਂ ਪਰਚੜ ਸ਼ਡਨ ਅੰਦੋਲਨ ਜਾਂ ਫਿਰ ਅਗਸਤ ਅੰਦੋਲਨ ਨੂੰ ਰੋਕਣ ਵਾਸਤੇ ਬ੍ਰਿਟਿਸ਼ਰਜ਼ ਨੇ ਇੱਕ ਅੰਦੋਲਨ ਸਟਾਰਟ ਕਰਿਆ ਸੀ ਉਹ ਅੰਦੋਲਨ ਉਹ ਅੰਦੋਲਨ ਕਿਹੜਾ ਸੀ ਆਪਰੇਸ਼ਨ ਗੋਲਡਰ ਆਰ ਨਹੀਂ ਸੀ ਡਾਇਰੈਕਟ ਐਕਸ਼ਨ ਨਹੀਂ ਸੀ ਲਾਸਟ ਆਰ ਨਹੀਂ ਸੀ ਆਪਰੇਸ਼ਨ ਜ਼ੀਰੋ ਆ ਆਪਰੇਸ਼ਨ ਜ਼ੀਰੋ ਆਰ ਨੌ ਅਗਸਤ 1942 ਨੂੰ ਅੰਡਰ ਦਿਸ ਆਪਰੇਸ਼ਨ ਇਹ ਆਪਰੇਸ਼ਨ ਦੇ ਅਧੀਨ ਜਿੰਨੇ ਵੀ ਲੀਡਰ ਆਪਣੇ ਕੋਲ ਦੰਗੇ ਕਰ ਰਹੇ ਸੀ ਅੰਦੋਲਨ ਛੇੜ ਰਹੇ ਸੀ ਸਾਰਿਆਂ ਨੂੰ ਅਰੈਸਟ ਕਰ ਲਿਆ ਸਾਰੇ ਚਾਕੇ ਪਾ ਦੇ ਜੇਲ੍ਹ ਵਿੱਚ ਮਹਾਤਮਾ ਗਾਂਧੀ ਸਨੇ ਸਰੋਜ ਨਾਇਡੂ ਹਨਾ ਆ ਮੈਨੂੰ ਨਹੀਂ ਪਤਾ ਜੀ ਰਾਜਵਿੰਦਰ ਮੈਨੂੰ ਕੁਝ ਨਹੀਂ ਪਤਾ ਤੁਹਾਨੂੰ ਪਤਾ ਹੁੰਦਾ ਬੋਤਲਾਂ ਬੋਤਲਾਂ ਦਾ ਕਰੋ ਜਾਂ ਮਰੋ ਚਲੋ ਆਪਣਾ ਇਹ ਦੋਨੋਂ ਚੀਜ਼ਾਂ ਆਪਣੀਆਂ ਕਿਹੜੀ ਕਿਹੜੀਆਂ ਅਗਸਟ ਮੂਵਮੈਂਟ ਕੁਇਟ ਇੰਡੀਆ ਮੂਵਮੈਂਟ ਦੈਨ ਉਹਦੇ ਬਾਅਦ ਆਪਣੇ ਕੋਲ ਆਪਰੇਸ਼ਨ ਜ਼ੀਰੋ ਆਰ 1942 ਦੇ ਵਿੱਚ ਆਇਆ 1942 ਬਿਆਲੇ ਗਾਂਧੀ ਜੀ ਅਰੇਸਟ ਹੋ ਗਏ ਸੀ ਇਹ ਵਾਲੀ ਤਾਰੀਖ ਪੇਪਰ ਦੇ ਵਿੱਚ ਉਹ ਦੰਦੀ ਹੁੰਦੀ ਹੈ 9 ਅਗਸਤ ਲਿਖ ਲਓ ਲਿਖ ਲਓ ਸਾਹਮਣੇ ਦੀਵਾਰ ਤੇ ਲਿਖ ਦਿਓ ਨੈਰੋਲੈਕ ਪੇਂਟ ਲੈ ਕੇ ਲਿਖ ਦਿਓ ਠੀਕ ਹੈ ਅੱਗੇ ਦਾ ਪ੍ਰੋਟੈਸਟ ਅਗੇਂਸਟ ਦਾ ਸੋਲਟ ਲੋ ਲੈਡ ਟੂ ਦੀ ਚਲੋ ਸੋ ਜੋ ਆਪਣਾ ਕੋਲ ਲੂਨ ਦੇ ਕਾਨੂੰਨ ਦੇ ਵਿਰੋਧ ਸੱਤਿਆਗ੍ਰਹਿ ਕੀਤਾ ਗਿਆ ਸੀ ਉਹ ਕਿਹੜੀ ਸੱਤਿਆਗ੍ਰਹਿ ਸੀ ਉਹਦੇ ਵਿੱਚ ਕਿੱਥੇ ਕੀਤਾ ਗਿਆ ਗੋਡ ਇੰਡੀਆ ਮੂਵਮੈਂਟ ਡਾਂਡੀ ਮਾਰਚ ਗਾਂਧੀ ਜੀ ਨੇ ਸਮਝੋਤੇ ਵਿੱਚ ਖিলাਫਤ ਮੂਵਮੈਂਟ ਵਿੱਚ ਕਿਹੜੋ ਕੀਤਾ ਗਿਆ ਸੋ ਖিলাਫਤ ਮੂਵਮੈਂਟ 1919 ਦੇ ਵਿੱਚ ਹੋਈ ਖਲੀਫਾ ਪੋਸਟ ਖਤਮ ਕੀਤੀ 5 ਮਾਰਚ 1931 ਨੂੰ ਗਾਂਧੀ ਰੀਨ ਸਮਝੋਤਾ ਹੋਇਆ 8 ਅਗਸਤ 1942 ਨੂੰ ਆਪਣੀ ਗੋਲ ਹੋਇਆ ਕੁਵਿਟ ਇੰਡੀਆ ਮੂਵਮੈਂਟ ਸੋ 12 ਮਾਰਚ 1930 ਸਟਾਰਟ ਹੋਈ ਡਾਂਡੀ ਮਾਰਚ ਸੋ ਨਮਕ ਸੱਤਿਆਗ੍ਰਹਿ ਕਿੱਥੇ ਹੋਇਆ ਸੀ ਕਿੱਥੇ ਹੋਇਆ ਕਮੈਂਟ ਪੜ ਲਾਂ ਮੈਂ ਜਨਾਲ ਨਾਲ ਤੁਹਾਡੀ ਕੀਤਲ ਗੋਲ ਜਰੂਰ ਕਰਦਾ ਠੀਕ ਹੈ ਪੀਡੀਐਫ ਅਪਲੋਡ ਹੋ ਜਾਏਗੀ ਏ ਏ ਏ ਏ ਆਏ ਆंसर ਆ ਰਿਹਾ ਹੈ ਠੀਕ ਹੈ ਜੀ ਠੀਕ ਹੈ ਜੀ ਬੀ ਐਸ ਸੀ ਚਲੋ ਸੋ ਡੰਡੀ ਮਾਰਚ ਵਿੱਚ ਜੀ ਕੀਤਾ ਸੀ ਡੰਡੀ ਮਾਰਚ ਕੀਤੀ ਕਿਉਂ ਸੀ ਬੀਕੋਜ਼ ਨਮਕ ਉਪਰ ਟੈਕਸ ਲੱਗ ਰਿਹਾ ਸੀ ਸੋਲਟ ਟੈਕਸ ਸੋਲਟ ਸੱਤ ਰਿਹਾ ਆਪਾਂ ਐਨੂੰ ਹੀ ਕਹਿੰਦੇ ਆ ਕਿਹਨੂੰ ਬੋਲਦੇ ਆ ਆਪਣੇ ਇਹ ਆਪਸ਼ਨ ਡੰਡੀ ਮਾਰਚ ਨੂੰ ਨਮਕ ਸੱਤ ਰਿਹਾ ਟੈਸਟ ਬੈਚ ਦੱਸਿਓ ਸੋ ਟੈਸਟ ਬੈਚ ਨੋਬੀਤਾ ਤੁਸੀਂ ਬਾਅਦ ਜਿਹੜੇ ਡਿਸਕਸ ਕਰ ਲੈਣਾ ਟੈਸਟ ਬੈਚ ਵਿੱਚ ਦੱਸ ਦੂੰਗਾ ਹਾਂ ਆਹੀ ਰੇਗਾ ਟਾਈਮ 9 ਤੋਂ 10 ਕਰਾਈ ਮੈਗਾ ਡੇਲੀ ਬੇਸਿਸ ਤੇ ਸੋ ਸੈਟਰਡੇ ਸੰਡੇ ਤਨੋ ਅਨਾਉਂਸਮੈਂਟ ਹੋ ਜੇਗੀ ਟੈਲੀਗ੍ਰਾਮ ਗਰੁੱਪ ਜਿੰਨੇ ਨਹੀਂ ਜੁਆਇਨ ਕੀਤਾ ਉਹ ਜੁਆਇਨ ਕਰ ਲੋ ਕੱਲ ਸੈਟਰਡੇ ਤੁਹਾਡਾ ਟੈਸਟ ਵੀ ਹੈ ਆਪਣੀ ਐਪਲੀਕੇਸ਼ਨ ਦੇ ਉੱਪਰ ਟੈਸਟ ਹੈ ਸੋ ਜਿੰਨੇ ਹਜੇ ਐਪਲੀਕੇਸ਼ਨ ਦੇ ਵਿੱਚ ਬੈਚ ਜੁਆਇਨ ਨਹੀਂ ਕੀਤਾ ਉਹ ਬੈਚ ਜੁਆਇਨ ਕਰੋ ਇੱਥੇ ਐਪਲੀਕੇਸ਼ਨ ਤੁਹਾਡੇ ਨੂੰ ਓਪਨ ਕਰ ਦਿਓ ਅਰੋੜਾ ਕਲਾਸਿਸ ਨੀਚੇ ਹੁੰਦਾ ਹੋਮ ਫਿਰ ਹੁੰਦਾ ਨਾਲ ਬੈਚਸ ਬੈਚਸ ਤੇ ਜਾਓਗੇ ਇੱਥੇ ਪਲੱਸ ਦਾ ਨਿਸ਼ਾਨ ਬਣੇਗਾ ਉੱਥੇ ਕਲਿੱਕ ਕਰਨਾ ਇੱਕ ਕੋਡ ਮੰਗੇ ਲਗਾ ਤੁਹਾਡੇ ਕੋਲ ਉੱਥੇ ਕੋਡ ਦੇ ਵਿੱਚ ਫਿਲ ਕਰ ਦੇਣਾ ਅੰਕੁਸ਼ ਸਰ ਵਿਦਆਊਟ ਐਨੀ ਸਪੇਸ ਅੰਕੂ ਸਰ ਲਿਖ ਦੇਣਾ ਮੇਰਾ ਨਾਮ ਲਿਖ ਦੇਣਾ ਸਾਡੇ ਕੋਲ ਰਿਕੁਐਸਟ ਆ ਰਹੀ ਕਿ ਬੈਚ ਜੁਆਇਨ ਕਰ ਲੋ ਕੱਲ ਸੈਟਰਡੇ ਫਿਰ ਟੈਸਟ ਹੋਏਗਾ ਠੀਕ ਹੈ ਸੋ ਅਗਲਾ ਕੁਐਸਚਨ ਹੈ ਹੂ ਵਾਸ ਅ ਪੋਲਿਟੀਕਲ ਗੁਰੂ ਆਫ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਦੇ ਪੋਲਿਟੀਕਲ ਗੁਰੂ ਕੌਣ ਸੀ ਮਹਾਤਮਾ ਗਾਂਧੀ ਦੇ ਪੋਲਿਟੀਕਲ ਗੁਰੂ ਕੌਣ ਸੀ ਐਜ ਦਾ ਸੈਕਿੰਡ ਲਾਸਟ ਕੁਐਸਚਨ ਮਹਾਤਮਾ ਗਾਂਧੀ ਦੇ ਪੋਲਿਟੀਕਲ ਗੁਰੂ ਕੌਣ ਸੀ ਜਲਦੀ ਜਲਦੀ ਦੱਸੋ ਜਲਦੀ ਜਲਦੀ ਵਾਲਾ ਕੁਝ ਨੋਟ ਕਰਦੇ ਆਂ ਸੀ ਨੋਟਸ ਵਿੱਚ ਸਰ ਤੁਹਾਡੇ ਤੋਂ ਐਮਸੀਕਿਊਸ ਕਰਕੇ ਸਿਮਰਨ ਮਹਿਰਾ ਬਹੁਤ ਅੱਛੀ ਗੱਲ ਹੈ ਮੈਂ ਤਾਂ ਆਹੀ ਕਹਿਣਾ ਆਈ ਗਿਆ ਨਾ ਤਾਂ ہمارا ਮਾਸਟਰ ਕਿਹਦਾ ਹੋ ਅੰਕੁਸ਼ ਸਰ ਜੈਸਾ ਹੋ ਗਗਨ ਜੀ ਥੈਂਕ ਯੂ ਸੋ ਮਚ ਯਾਰ ਤੁਸੀਂ ਐਨਾ ਪਿਆਰ ਦਿੰਦੇ ਹੋ ਮੋਟੀਵੇਸ਼ਨ ਤਾਂ ਮੈਨੂੰ ਤੁਹਾਡੇ ਤੋਂ ਮਿਲ ਜਾਂਦੀ ਹੈ ਦਿਨ ਨਾਲੋਂ ਜ਼ਿਆਦਾ ਇਹ ਮੋਟੀਵੇਸ਼ਨ ਨੂੰ ਐਦਾਂ ਹੀ ਬਰਕਰਾਰ ਰੱਖੋ ਤਾਂ ਕਿ ਤੁਹਾਡੇ ਸੈਸ਼ਨਸ ਮੈਂ ਅੱਛੇ ਤਰੀਕੇ ਨਾਲ ਲਗਾਉਂਦਾ ਰਵਾਂ ਜਦੋਂ ਇਹ ਕਲਾਸ ਖਤਮ ਹੁੰਦੀ ਹੈ ਐਂਡ ਤੇ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਫੀਡਬੈਕ ਦੱਸ ਕੇ ਜਾਇਆ ਕਰੋ ਠੀਕ ਹੈ ਵੀ ਅੱਛਾ ਲੱਗਿਆ ਨਹੀਂ ਲੱਗਿਆ ਬੂਰਾ ਚੰਗਾ ਜੋ ਮਰਜੀ ਜੋ ਮਾੜੀ ਚੀਜ਼ ਲੱਗੀ ਮੈਂ ਤਾਂ ਇਹ ਕਹਾਂਗਾ ਪਹਿਲਾਂ ਉਹ ਲਿਖੋ ਵੀ ਹਾਂ ਸਰ ਆ ਚੀਜ਼ ਸਾਨੂੰ ਪਸੰਦ ਨਹੀਂ ਆ ਰਹੀ ਤਸੋ ਜੀ ਐਦਾ ਕਰੋ ਮੈਂ ਦਾ ਉਨੇ ਚ ਇੰਪਰੂਵਮੈਂਟ ਕਰੂੰਗਾ ਚੰਗੀਆਂ ਚੀਜ਼ਾਂ ਦਾ ਚਲੋ ਸੁਣਨ ਦੇ ਹੀ ਰਨੇ ਆ ਚਲੋ ਸੋ ਹੂ ਵਾਸ ਅ ਪੋਲਿਟੀਕਲ ਗੁਰੂ ਮਹਾਤਮਾ ਗਾਂਧੀ ਦੇ ਐਮ ਜੀ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਨੇ ਪੋਲਿਟਿਕਸ ਸਿੱਖੀ ਜੀ ਕੇ ਵਾਲੇ ਟੀਚਰ ਤੋਂ ਸੋ ਜੀ ਕੇ ਗੋਖਲੇ ਸੋ ਜੀ ਕੇ ਵਾਲੇ ਨੇ ਸਿੱਖੀ ਐਮ ਜੀ ਤੋਂ ਹਨਾ ਸੋ ਮਹਾਤਮਾ ਗਾਂਧੀ ਦੇ ਗੁਰੂ ਕੌਨ ਸੀ ਜੀ ਕੇ ਗੋਖਲੇ ਗੋਪਾਲ ਗ੍ਰਿਸ਼ਨ ਗੋਖਲੇ ਗੋਪਾਲ ਗ੍ਰਿਸ਼ਨ ਗੋਖਲੇ ਤੋਂ ਸਰ ਕੁਝ ਹੋਰ ਦੱਸੋ 1905 ਵਿੱਚ ਬਨਾਰਸ ਸੈਸ਼ਨ ਇਹਨਾਂ ਨੇ ਕੀਤਾ ਫਾਈਬਰਾਈਟ ਕੀਤਾ ਦੇਰ ਕਹਿੰਦੇ ਗੁਰੂ ਗੋਸੀ ਐਮ ਜੀ ਰਣਾੜੇ ਮਹਾਦੇਵ ਗੋਬਿੰਦ ਰਣਾੜੇ ਰਣਾੜੇ ਠੀਕ ਹੈ ਸੋ ਆ ਦੋ ਗੁਰੂ ਗੋਪਾਲ ਗ੍ਰਿਸ਼ਨ ਗੋਖਲੇ ਬਿਲਕੁਲ ਸਹੀ ਹੈ ਜਸਦੀਨ ਰਣਾੜੇ ਨਹੀਂ ਹੈ ਦਾਦਾਬਾਈ ਨਰੋਜੀ ਦਾ ਬਹੁਤ ਕਿ ਜਨਾ ਸੁਨਿਆ ਹੋਈ ਹੈ ਆਖਰੀ ਕੁਐਸਚਨ ਆਖਰੀ ਪ੍ਰਸ਼ਨ ਆਪਕੇ ਸਾਹਮਣੇ ਇਹ ਰਹਾ ਅਗਲਾ ਪ੍ਰਸ਼ਨ 1990 ਵਿੱਚ ਕਾਂਗਰਸ ਸੈਸ਼ਨ ਪ੍ਰੈਜ਼ੀਡੈਂਟ 1915 ਵਿੱਚ ਡੈਥ ਹੋਈ ਬਿਲਕੁਲ ਜੀ ਰੋਸ਼ਾ ਬਤਾ ਦਿਓ ਅੱਗੇ ਚੱਲੋ ਅੱਗੇ ਅਗਲਾ ਕੁਐਸਚਨ ਪੜੋ ਕਹਿੰਦੇ ਡਾਂਡੀ ਦ ਡੈਸਟੀਨੇਸ਼ਨ ਜਿਹੜੀ ਰੱਖੀ ਗਈ ਸੀ ਡਾਂਡੀ ਸਾਲਟ ਮਾਰਚ ਦੀ ਅੰਡਰ ਦਾ ਲੀਡਰਸ਼ਿਪ ਆਫ ਮਹਾਤਮਾ ਗਾਂਧੀ ਇਹ ਕਿਹੜੀ ਸਟੇਟ ਦੇ ਵਿੱਚ ਆਉਂਦਾ ਬਹੁਤ ਹੀ ਸੋਖਾ ਕੁਸ਼ਣ ਪੁੱਛਿਆ ਗਿਆ ਡਾਂਡੀ ਜਿਹੜਾ ਹੈਗਾ ਉਹ ਕਿਹੜੀ ਸਟੇਟ ਦੇ ਵਿੱਚ ਆ ਰਿਹਾ ਆ ਮਹਿਨਾਜ਼ ਹਮ ਖਤਮ ਹੋ ਗਈ ਬਸ ਕਬਰ ਪਿੱਟ ਕੋਰ ਜਲਦੀ ਜਲਦੀ ਨੇਵਰ ਗਿਵ ਅਪ ਉਹਦੇ ਤੋਂ ਬਾਅਦ ਪੋਲਿਟਿਕਸ ਦੇ ਆਪਣੇ ਟੋਪਿਕ ਬਾਈ ਟੋਪਿਕ ਐਮਸੀਕਿਊ ਚੱਲਣਗੇ ਸੋ ਉਹਦੇ ਤੋਂ ਬਾਅਦ ਆਪਣੀ ਪੰਜਾਬ ਜੀ ਕੇ ਚੱਲਣਗੇ ਬਸ ਆ ਤਿੰਨ ਕੋ ਲੈਕਚਰਾਂ ਦੇ ਲੱਗਣਗੇ ਇੰਡੀਅਨ ਨੈਸ਼ਨਲ ਮੂਵਮੈਂਟ ਖਤਮ ਹੋ ਜਾਏਗੀ ਫਤਿਹ ਹੋ ਜਾਏਗੀ ਉਹਦੇ ਤੋਂ ਬਾਅਦ ਆਪਾਂ ਅਗਲੇ ਟੋਪਿਕ ਦੇ ਉੱਪਰ ਆ ਜਾਾਂਗੇ ਆਨਸਰ ਆਣਾ ਸਟਾਰਟ ਹੋ ਚੁੱਕਿਆ ਗੁਜਰਾਤ ਬਿਲਕੁਲ ਯਾਰ ਸਾਬਰਮਤੀ ਕਿੱਥੇ ਆ ਸਾਬਰਮਤੀ ਉਰਾਨੀ ਗਈ ਸੀ ਨਾ ਸੋ ਸਾਬਰਮਤੀ ਆਪਣੇ ਕੋਲ ਕਿਹੜੀ ਜਗ੍ਹਾ ਤੇ ਹੈਗਾ ਗੁਜਰਾਤ ਦੇ ਵਿੱਚ ਹੀ ਹੈਗਾ ਸੋ ਗੁਜਰਾਤ ਦੇ ਵਿੱਚ ਹੀ ਸਟਾਰਟ ਹੋਈ ਸੀ ਤੇ ਗੁਜਰਾਤ ਦੇ ਵਿੱਚ ਹੀ ਖਤਮ ਹੋਈ ਸਾਬਰਮਤੀ ਡਾਂਡੀ ਦੋਨੋਂ ਹੀ ਕਿੱਥੇ ਹੈਗੇ ਨੇ ਗੁਜਰਾਤ ਦੇ ਵਿੱਚ ਹੈਗਾ ਗੁਜਰਾਤ ਵਿੱਚ ਸਟਾਰਟ ਹੋਈ ਤੇ ਗੁਜਰਾਤ ਵਿੱਚ ਹੀ ਕੀ ਹੋਈ ਖਤਮ ਹੋਈ ਛੋਟੀ ਜੀ ਅਨਾਉਂਸਮੈਂਟ ਹੈ 30 ਜਨਵਰੀ 30 ਜਨਵਰੀ 30 ਜਨਵਰੀ ਸੋ 30 ਜਨਵਰੀ ਨੂੰ ਆਪਣਾ ਨਵਾਂ ਬੈਚ ਪੰਜਾਬ ਸਟੇਟ ਦੇ ਸਪੈਸ਼ਲ ਸਪੈਸ਼ਲ ਪੰਜਾਬ ਸਟੇਟ ਦੇ ਐਗਜ਼ਾਮ ਲਈ ਲਾਂਚ ਕਰਨ ਜਾ ਰਹੇ ਆ ਅਰੋੜਾ ਕਲਾਸਿਫਾਇਡਿੰਡਾ ਵੱਲੋਂ ਆਨਲਾਈਨ ਦੇ ਆਫਲਾਈਨ ਦੋਨੋਂ ਮੋਡ ਦੇ ਚ ਇਹ ਵਾਲਾ ਬੈਚ ਸਟ ਜਿਨ੍ਹਾਂ ਨੇ ਆਫਲਾਈਨ ਲਗਾਣਾ ਹੈ ਬਠਿੰਡਾ ਦੇ ਵਿੱਚ ਆ ਕੇ ਲਗਾ ਸਕਦੇ ਆ ਜਿਨ੍ਹਾਂ ਨੇ ਆਫਲਾਈਨ ਨਹੀਂ ਲਗਾ ਸਕਦੇ ਉਹ ਘਰ ਬੈਠੇ ਹੀ ਲਗਾ ਸਕਦੇ ਹੋ ਸੋ ਘਰ ਬੈਠੇ ਲਈ ਇੱਕ ਬਹੁਤ ਹੀ ਅੱਛੀ ਓਪਰਚੁਨਿਟੀ ਹੈ ਬਹੁਤ ਹੀ ਅੱਛੀ ਆਪਸ਼ਨ ਤੇ ਬਹੁਤ ਅੱਛੀ ਫੈਸਿਲਿਟੀ ਮਿਲੀ ਹੈ ਘਰ ਬੈਠੇ ਤੁਸੀਂ ਇਹ ਵਾਲਾ ਬੈਚ ਸਿਰਫ ਤੇ ਸਿਰਫ ਸਿਰਫ ਤੇ ਸਿਰਫ 1200 ਦੇ ਵਿੱਚ ਲਗਾ ਸਕੋ ਸਿਰਫ ਤੇ ਸਿਰਫ 1200 ਦੇ ਓਨਲੀ 1200 6 ਮਹੀਨੇ ਦੀ ਵੈਲਿਡਿਟੀ ਆ ਵਾਲੇ ਬੈਚ ਦੇ ਵਿੱਚ ਰਹਿਣ ਵਾਲੀ ਹੈ 6 ਮੰਥ ਵੈਲਿਡਿਟੀ ਸਿਰਫ 1200 ਕਰਨਾ ਕੀ ਹੈ ਅਰੋੜਾ ਕਲਾਸਿਸ ਐਪਲੀਕੇਸ਼ਨ ਪਲੇ ਸਟੋਰ ਤੋਂ ਡਾਊਨਲੋਡ ਕਰੋ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਕੂਪਨ ਕੋਡ ਯੂਜ਼ ਕਰੋਗੇ ਨੀਚੇ ARC 123 ਉਹ ਤੁਹਾਨੂੰ ਮੈਂ ਦੱਸ ਦੇਣਾ ਕਿਦਾ ਕੂਪਨ ਕੋਡ ਲਗਾਣਾ ਹੈ ਸੋ ਇਹ ਵਾਲਾ ਪੂਰਾ ਬੈਚ ਲਾਸਟ ਚਾਂਸ ਹੈ ਪੰਜਾਬ ਸਟੇਟ ਨੂੰ ਕਰੈਕ ਕਰਨ ਲਈ ਇਹਦੇ ਬਾਅਦ ਪੰਜਾਬ ਸਟੇਟ ਦੀਆਂ ਐਨੀ ਵੈਕੈਂਸੀਸ ਨਹੀਂ ਆਣਗੀਆਂ ਨਹੀਂ ਆਣਗੀਆਂ ਕੂਪਨ ਕੋਡ ਕਿਦਾ ਲਗਾਣਾ ਹੈ ਤੁਸੀਂ ਐਪਲੀਕੇਸ਼ਨ ਇੰਸਟਾਲ ਕਰੋ ਅਰੋੜਾ ਕਲਾਸਿਸ ਜਿੱਦਾਂ ਹੀ ਤੁਸੀਂ ਲੌਗਇਨ ਮਾਰੋਗੇ ਐਦਾ ਆਵਲੀਆ ਅਰੋੜਾ ਕਲਾਸਿਸ ਐਪਲੀਕੇਸ਼ਨ ਦਾ ਲੋਗੋ ਹੈ ਜਿੱਦਾਂ ਹੀ ਇਹਨੂੰ ਲੌਗਇਨ ਕਰੋਗੇ ਤੁਹਾਡੇ ਸਾਹਮਣੇ ਕੁਝ ਐਦਾ ਦਾ ਪਲੈਟਫਾਰਮ ਓਪਨ ਹੋਏਗਾ ਨੀਚੇ ਹੋਏਗਾ ਹੋਮ ਬੈਚਸ ਕੋਰਸੇਸ ਕੋਰਸੇਸ ਤੇ ਜਾਣਾ ਉੱਪਰ ਜੈ ਆਪਨੇ ਲਿਖ ਦੇਣਾ ਜਨ 30 ਜਨਵਰੀ ਦਾ ਬੈਚ ਆ ਉੱਥੇ ਜਾ ਕੇ ਜੈਨ ਫਲ ਫਿਲ ਕਰੋਗੇ ਇੱਕ ਬੈਚ ਸ਼ੋ ਕਰੇਗਾ 30 ਜਨਵਰੀ ਵਾਲਾ ਸੋਨੂ ਕਲਿਕ ਕਰੋਗੇ ਐਦਾ ਪਲੇਟਫਾਰਮ ਖੁੱਲੇਗਾ ਸਕਰੋਲ ਕਰਕੇ ਉੱਤੇ ਜਾਓਗੇ ਅਗਲੇ ਪੇਜ ਤੇ ਉਹਨੂੰ ਐਨੋ ਸਕਰੋਲ ਕਰਨਾ ਓਪਨ ਕਰਕੇ نیچے ਹੋਏਗਾ ਹੈਵ ਅ ਕੂਪਨ ਕੋਡ ਉਹ ਹੈਵ ਅ ਕੂਪਨ ਕੋਡ ਏ ਆਰ ਸੀ 1 2 3 ਕੂਪਨ ਕੋਡ ਭਰ ਦੇਣਾ 1516 ਦਾ ਬੈਚ ਸਿਰਫ ਤੇ ਸਿਰਫ 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 1200 ਮਿਲ ਦੇਗਾ ਆਫਲਾਈਨ ਕੈਡੀਡੇਟਸ ਲਈ ਬਹੁਤ ਅੱਛੀ ਫੈਸਿਲਿਟੀ ਬੋਥ ਹੀ ਅੱਛੀ ਫੈਸਿਲਿਟੀ ਗੁਰੂਕੁਲ ਦੀ ਫੈਸਿਲਿਟੀ ਜਿਹੜੀ ਕਿ ਬੁਆਇਜ਼ ਲਈ ਆਪਾਂ ਲਾਸਟ ਸਟਾਰਟ ਕੀਤੀ ਸੀ ਬੜੀ ਹੀ ਅੱਛੀ ਚੱਲ ਰਹੀ ਹੈ ਸਟੂਡੈਂਟਸ ਬੜੇ ਹੀ ਜੋਰੋ ਸ਼ੋਰ ਨਾਲ ਪੜ੍ਹ ਰਹੇ ਬਹੁਤ ਹੀ ਮਿਹਨਤ ਕਰ ਰਿਹਾ ਹੈ ਉਹ ਵਾਲੀ ਫੈਸਿਲਿਟੀ ਹੁਣ ਗੁਰੂਕੁਲ ਲਈ ਗਰਲਸ ਲਈ ਵੀ ਸਟਾਰਟ ਹੋ ਚੁੱਕੀ ਹੈ ਸੋ ਗਰਲਸ ਵੀ ਐਨਰੋਲਮੈਂਟ ਕਰਵਾ ਸਕਦੇ ਨੇ ਇਹਦੇ ਵਿੱਚ ਆਫਲਾਈਨ ਦੇ ਅਗਰ ਬੈਚ ਲਗਾਣਾ ਆਨਸਾਨ ਹੋ ਤੁਸੀਂ ਸੋ ਜਿਨ੍ਹਾਂ ਕੋਲ ਆਈਫੋਨ ਯੂਜ਼ਰਸ ਹੈ ਜਿਹੜੇ ਆਈਫੋਨ ਯੂਜ਼ਰ ਥੋੜੇ ਜੇ ਅਮੀਰ ਲੋਕ ਉਹ ਐਪਲੀਕੇਸ਼ਨ ਇੰਸਟਾਲ ਕਰਨਗੇ ਮਾਈ ਇੰਸਟੀਟਿਊਟ ਨਾਮ ਦੀ ਤੇ ORG ਕੋਡ ਭਰਨਗੇ ARC ਕਿਹੜਾ ਭਰਨਗੇ ARC ORG ਕੋਡ ਫਿਲ ਕਰਨਗੇ ਆਫਟਰ ਦੈਟ ਦਾ ਸਾਰ ਪਰੇਸ਼ਾਨੀ ਦੂਰ ਕਰਨ ਲਈ ਇੱਕ ਨੰਬਰ ਹੈ ਤੁਹਾਡੇ ਕੋਲ 8820101 ਸੋ ਆ ਵਾਲਾ ਬੈਚ ਜਿਨ੍ਹਾਂ ਨੇ ਹਜੇ ਜੁਆਇਨ ਨਹੀਂ ਕਰਿਆ ਸੋ ਆਪਣਾ ਫੋਨ ਕਰਕੇ ਰਜਿਸਟਰ ਕਰਵਾ ਲਓ ਐਂ ਦੇ ਤੋ ਅੱਛੀ ਆਫਰ ਦੁਬਾਰਾ ਨਹੀਂ ਮਿਲੇਗੀ ਨਹੀਂ ਮਿਲੇਗੀ ਸੋ ਜੇ ਕੋਈ ਲੱਗਦਾ ਤੁਹਾਨੂੰ ਡਾਊਟ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਜਰੂਰ ਦੱਸਣਾ ਮੈਂ ਫਿਰ ਕੀ ਕਹਿ ਰਿਹਾ ਬਿਲਕੁਲ ਜੀ ਬਿਲਕੁਲ ਕਹਿੰਦਾ ਮੈਨੂੰ ਫੀਸ ਦਿਓ ਪੀਵੀ 03 ਇਹ ਵਾਲੇ ਨਹੀਂ ਐਵੇਂ ਨਹੀਂ ਹੁੰਦੇ ਸੋ ਇਹ ਲੋਟਰੀ ਸਿਸਟਮ ਥੋੜੀ ਹੈ ਹਾਂ ਤੁਹਾਨੂੰ ਤੁਹਾਨੂੰ ਕੱਟ ਨਿਕਲੇ ਤਾਂ ਹੁਣ ਪੈਸੇ ਤੁਹਾਨੂੰ ਪੂਰੇ ਕਰਕੇ ਵਾਪਸ ਦੇ ਜਿਹੜੇ ਆਪਣੇ ਕੋਲ ਪਹਿਲਾਂ ਚਲਦੇ ਸੀ ਉਦਾ ਹੀ ਚੱਲੇਗਾ ਸੋ ਅੱਜ ਦਾ ਸੈਸ਼ਨ ਇਹਦੇ ਖਤਮ ਕਰਦੇ ਆ ਪੂਰੀ ਟੀਮ ਤੁਹਾਡੇ ਸਾਹਮਣੇ ਹੈ ਤੁਹਾਨੂੰ ਪਤਾ ਹੈ ਕੋਣ-ਕੋਣ ਐਥਲੀਟਸ ਕਰ ਰਿਹਾ ਸੋ ਅੱਜ ਦਾ ਸੈਸ਼ਨ ਇਹਦੇ ਖਤਮ ਕਰਦੇ ਆ ਮੈਂ ਫਿਰ ਕਹਿ ਰਿਹਾ ਆਪਣੇ ਕਮੈਂਟ ਸੈਕਸ਼ਨ ਨੇ ਨੈਗੇਟਿਵ ਉਹ ਪੋਜ਼ਿਟਿਵ ਸਾਰਾ ਕੁਝ ਦੱਸ ਕੇ ਜਾਇਆ ਕਰੋ ਮੈਂ ਕਹਾਂਗਾ ਪਹਿਲਾਂ ਤੁਸੀਂ ਨੈਗੇਟਿਵ ਦੱਸਣਾ ਨੈਗੇਟਿਵ ਦੱਸੋ ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਹੈ ਓਕੇ ਸੋ ਬਾਏ ਬਾਏ ਟੇਕ ਕੇਅਰ ਮਿਲਦੇ ਆ ਜੈ ਹਿੰਦ